ਅਕਾਲ ਜੀ ਦਾ ਹਾਲ ਠੀਕ ਹੋ ਜੂ ਮੀਟਿੰਗ ਕਰਦੇ। ਕੀ ਸਮਝ ਲੋ ਵੀ ਇੱਕ ਦਵਾਈ ਹੈ ਜਿੰਨੀ ਦੇਰ ਤੱਕ ਵਿਚਾਰ ਨਹੀਂ ਕਰਾਂਗੇ ਉਨੀ ਦੇਰ ਤੱਕ ਉਹਦਾ ਮਸਲੇ ਦਾ ਹੱਲ ਨਹੀਂ ਹੋਏਗਾ। ਮੈਂ ਮੰਤਰ ਕਰ ਰਿਹਾ ਕਿ ਸ਼ਕਤੀ ਪ੍ਰਦਰਸ਼ਨ ਕਰ ਰਹੇ ਹਾਂ। ਦੱਸ ਰਹੇ ਹੋ ਕਿ ਸਾਡੇ ਨਾਲ ਕੋਣ-ਕੋਣ ਜੁੜੀ ਹੋ ਜਾਂਦਾ ਕਿ ਆਵਾਮ ਦੇ ਅੰਦਰ ਜਾਂ ਜਿਹੜੀ ਧਿਰ ਚੁਣੌਤੀ ਦੇ ਰਹੀ ਆ ਉਹਨਾਂ ਨੂੰ ਵੀ ਗੱਲ ਦੱਸਣ ਲਈ ਕਿ ਪਾਰਟੀ ਹੀ ਵੱਡੀ ਹੁੰਦੀ ਆ। ਲੀਡਰਾਂ ਕਰਕੇ ਪਾਰਟੀ ਨਹੀਂ ਹੁੰਦੀ। ਪਾਰਟੀ ਕਰਕੇ ਲੀਡਰ ਹੁੰਦੇ ਆ। ਮੇਰਾ ਸਵਾਲ ਉਹਨਾਂ ਸਿਰਾਂ ਤੇ ਆ ਉਹ ਸਿਰ ਸਿਰਫ ਸੁਖਵੀਰ ਸਿੰਘ ਬਾਦਲ ਦੀ ਹਾਮੀ ਲਈ ਐ ਝੁਕ ਜਾਂਦੇ ਆ ਵੀ ਹਾਂ ਤੁਸੀਂ ਰਹੋ ਪ੍ਰਧਾਨ ਜਾਂ ਉਥੇ ਤੁਸੀਂ ਕੋਈ ਗੱਲ ਵੀ ਕਰਦੇ ਉਹ ਲੋਕਾਂ ਦੇ ਮਨ ਦਾ ਇੱਕ ਭਲੇਖਾ ਬਣ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਸੁਖਵੀਰ ਸਿੰਘ ਬਾਦਲ ਨੂੰ ਕਿਉਂ ਜਿੰਦਾਬਾਦ ਕਰ ਰਹੀ ਆ ਮੈਂ ਦੋ ਮੀਟਿੰਗਾਂ ਅਟੈਂਡ ਕੀਤੀਆਂ ਦੋਨੋਂ ਮੀਟਿੰਗਾਂ 'ਚ ਸੁਖਵੀਰ ਸਿੰਘ ਬਾਦਲ ਨੇ ਪਹਿਲੀ ਗੱਲ ਇਹ ਕਹੀ ਕਿ ਮੈਂ ਅਸਤੀਫਾ ਦੇਣ ਨੂੰ ਤਿਆਰ ਹਾਂ ਇੱਕ ਸੈਕਿੰਡ 'ਚ ਮੈਂ ਤੋ ਅਸਤੀਫਾ ਦੇ ਦਿੰਦਾ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਸ਼੍ਰੀ ਕਾਲਪਤਪ ਸਾਬ ਉਹਦੀ ਸਰਵੋੱਚਤਾ ਉਸ ਇਤਿਆਸ ਤੋਂ ਕੋਈ ਮੁਨਕਰ ਨਹੀਂ ਸਰ ਪਿਛਲੇ ਕੁਝ ਸਾਲਾਂ ਤੋਂ ਸਰ ਤੁਸੀਂ ਕੀਤਾ ਕੀ ਹੈ ਸਵਾਲ ਤੇ ਹੈ ਤੁਸੀਂ ਕੌਮਲੇ ਕੀ ਕੀਤਾ ਕੀ ਐਸਜੀਪੀਸੀ ਨੂੰ ਸ਼੍ਰਮnik ਕਾਜ਼ਦ ਦੇ ਪ੍ਰਧਾਨ ਦੀ ਬੈਠਕ ਵਿੱਚ ਜਾਣਾ ਜ਼ਰੂਰੀ ਸੀ ਕੋ ਅਸੀਂ ਕਾਲੀਦਲ ਨੂੰ ਤੇ ਸ਼੍ਰਮnik ਕਮੇਟੀ ਨੂੰ ਵੱਖ ਨਹੀਂ ਕਰ ਸਕਦੇ ਸ਼੍ਰਮnik ਕਮੇਟੀ ਚ ਸ਼੍ਰਮnik ਗੱਲ ਦਾ ਨਿਕਲਿਆ ਸ਼੍ਰਮnik ਕਾਜ਼ਦ ਦਾ ਮੁਖੀ ਸ਼੍ਰਮnik ਕਮੇਟੀ ਨੂੰ ਬੁਲਾ ਰਿਹਾ ਕੀ ਸ਼੍ਰਮnik ਕਾਜ਼ਦ ਦੇ ਮੁਖੀ ਨੂੰ ਸ਼੍ਰਮnik ਕਮੇਟੀ ਕੋਲ ਜਾਣਾ ਨਹੀਂ ਨਹੀਂ ਗਰਵਾਲ ਸਾਹਿਬ ਜਿਹੜੀਆਂ 4 ਗਲਤੀਆਂ ਖੇਵਾ ਜਾਂਚਨਾ ਦੇ ਵਿੱਚ ਗਿਨਾਈਆਂ ਗਈਆਂ ਉਹ ਗਲਤੀਆਂ ਨੂੰ ਤੁਸੀਂ ਦਰਸਤ ਮੰਨਦੇ ਹੋ ਜਾਂ ਨਹੀਂ ਸੌਦਾ ਸਾਦ ਨੂੰ ਮਾਫੀ ਦੇਣੀ ਗਲਤੀ ਸਾਡੀ ਕ੍ਰੋਨੀ ਕਮੇਟੀ ਵੱਲੋਂ 60 70 80 ਲੱਖ ਦੇ ਇਛਤਿਆਰ ਦੇ ਨੇ ਗਲਤੀ ਸਾਡੀ ਸੈਣੀ ਨੂੰ ਉਹਦੇ ਡੀਜੀਪੀ ਲਾਉਣਾ ਸਾਡੀ ਗਲਤੀ ਉਹ ਤਾਂ ਕਹਿੰਦੇ ਵਿਧੀ ਵਿਧਾਨ ਰਹੀ ਤੁਸੀਂ ਮਾਫੀ ਨਹੀਂ ਮੰਗਦੇ ਜੋ ਵੀ ਵਿਧਾਨ ਹੋਣਾ ਚਾਹੀਦਾ ਬੜੀ ਬੜੀ ਚੰਗੀ ਗੱਲ ਕੀਤੀ ਹੈ ਅਸੀਂ ਰੋਜ਼ ਜਾਣੇ ਆ ਅਸੀਂ ਰੋਜ਼ ਇਹ ਗੱਲ ਕਰਦੇ ਆਂ ਕਿ ਸਾਤੋਂ ਗੁਰੂ ਮਹਾਰਾਜ ਕੋਈ ਜਾਣੇ ਅਣਜਾਣੇ ਚ ਗਲਤੀ ਹੋ ਗਈ ਅਸੀਂ ਮਾਫ ਕਰਨਾ ਇਹ ਸਾਡੀ ਭਾਵਨਾ ਸਰ ਸਵਾਲ ਇੱਥੇ ਆ ਕੇ ਰੁਕਦਾ ਹੈ ਕਹਿੰਦੇ ਤੁਸੀਂ ਮਾਫੀ ਵੀ ਮੰਗਦੇ ਤੇ ਜਾਣੇ ਅਣਜਾਣੇ ਅਮਰਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਤੁਹਾਨੂੰ ਇਹ ਲੱਗਦਾ ਕਿ ਤੁਹਾਡੇ ਲੀਡਰਸ ਨੇ ਕੁਝ ਲੀਡਰਾਂ ਨੇ ਜਿਹੜੀ ਬਿਆਨਬਾਜ਼ੀ ਕੀਤੀ ਹੈ ਤੁਹਾਨੂੰ ਲੱਗਿਆ ਕਿ ਕਿ ਅਮਰਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਦੇ ਨਾਲ ਟਕਰਾ ਦਾ ਕਾਰਨ ਹੋ ਬਣਿਆ ਉਸ ਇਲੈਕਸ਼ਨ ਦੇ ਵਿੱਚ ਜਿਹੜੀ ਸਾਡੀ ਬੋਲਬਾਣੀ ਰਹੀ ਜਿਹੜਾ ਵਿਵਾਦ ਦਾ ਟਕਰਾਅ ਰਿਹਾ ਗੱਲਾਂ ਦਾ ਉਹ ਸਾਡੇ ਲਈ ਮਾੜਾ ਵਾਅ ਹੈ। ਇਹ ਅਕਾਲੀ ਦਲ ਅਮਰਪਾਲ ਸਿੰਘ ਦੇ ਵੈਲਕਮਲੀ ਉੱਥੇ ਹਾਜ਼ਰ ਹੋਊਗਾ ਜਹੋ ਜੇ ਫੈਸਲਾ ਹੈ। ਜਦੋਂ ਵੀ ਕਿੱਥੇ ਕੋਈ ਦਿੱਕਤ ਹੁੰਦੀ ਹੈ ਤੁਸੀਂ ਕਹਿੰਦੇ ਆ ਵੀ ਸੱਤਾ ਤਿਰ ਕਰਵਾ ਰਹੀ ਹੈ। ਧੰਨ ਲੜਾ ਰਹੀ ਹੈ। ਤੁਹਾਡੀ ਪਾਰਟੀ 'ਚ ਕੋਈ ਰੋਲਾ ਪੈਂਦਾ ਉਹ ਵੀ ਸੱਤਾ ਤਿਰ ਕਰ ਦਿੰਦੇ। ਜੇ ਜਦੋਂ ਦੁਬਾਰ ਵਿੱਚ ਕੋਈ ਸ਼ਰਾਪ ਹੋਵੇ ਸਰ ਉਰੂ ਵੀ ਦੇਖ ਬਾਈ ਜੇ ਬੀ ਜੀ ਪੀ ਨਾਲ ਜਾ ਕੇ ਇਹਨਾਂ ਨੇ ਸਾਂਝਾ ਪਾਈਆਂ ਬੀ ਜੀ ਪੀ ਦੇ ਨਾਲ ਜਾ ਕੇ ਸੁਖਵੀਰ ਸਿੰਘ ਬਾਦਲ ਪ੍ਰਧਾਨ ਉਸ ਤੋਂ ਪੁੱਛੇ ਤੋਂ ਬਗੈਰ ਤੁਸੀਂ ਜਾ ਕੇ ਕਮਿਟਮੈਂਟਾਂ ਕਰ ਲੈਂਦੇ ਹੋ ਐਲਾਨ ਹੋਏ ਇਹ ਸਾਰੀਆਂ ਗੱਲਾਂ ਹੋਈਆਂ ਤੇ ਸਾਡੇ ਬੰਦਿਆਂ ਦੀਆਂ ਕਮਜ਼ੋਰੀਆਂ ਕਰਤੀ ਹੁੰਦੀ ਕੋਈ ਸ਼ੱਕ ਨਹੀਂ ਤੁਸੀਂ ਸੁਰਾਕ ਦੀ ਗੱਲ ਕਰਦੇ ਮੈਂ ਤਾਂ ਘਾਪੇ ਦੀ ਗੱਲ ਕਰਦਾ ਤੁਸੀਂ ਸਮਝੌਤਾ ਕਰੋ ਬੀ ਜੀ ਪੀ ਨਾਲ ਸੁਖਵੀਰ ਸਿੰਘ ਬਾਦਲ ਕਰਨ ਉਹ ਠੀਕ ਹੈ ਤੇ ਤੁਹਾਡੇ ਪਾਰਟੀ ਦਾ ਕੋਈ ਹੋਰ ਬੰਦਾ ਕਰੇ ਉਹ ਗਲਤ ਹੈ ਜਸਟ ਵੀ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ 뷰ਪੁਆਇੰਟ ਤੇ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪਏ ਰੋਲੇ ਦੇ ਵਿਚਾਲੇ ਬੈਠਕਾਂ ਦੇ ਦੌਰ ਜਾਰੀ ਹੈ ਤੇ ਇਹਨਾਂ ਬੈਠਕਾਂ ਦੇ ਦੌਰ ਦੇ ਵਿੱਚ ਐਸਸੀਪੀਸੀ ਦੇ ਨੁਮਾਇੰਦੇ ਐ ਸੁਖਬੀਰ ਸਿੰਘ ਬਾਦਲ ਨੂੰ ਮਿਲੇ ਆ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨਾਲ ਇਹ ਮੁਲਾਕਾਤ ਕਿਉਂ ਕੀਤੀ ਗਈ ਕਿਉਂ ਇਹ ਮੁਲਾਕਾਤ ਹੋਈ ਕਿਨੀ ਸਟ੍ਰੈਂਥ ਸੀ ਉੱਥੇ ਕੀ ਕੁਝ ਵਿਚਾਰਿਆ ਗਿਆ ਇਸ ਬਾਬਤ ਗੱਲ ਕਰਾਂਗੇ ਤੇ ਉਸ ਬੈਠਕ ਵਿੱਚ ਹਾਜ਼ਰ ਰਹੇ ਗੁਰਚੰਦ ਸਿੰਘ ਗਰੇਵਾਲ ਮੈਂਬਰ ਐਸਸੀਪੀਸੀ ਜਨਸਖਤਰ رہ ਚੁੱਕੇ ਨੇ ਐਸਪੀਸੀ ਦੇ ਵਿੱਚ ਅੰਤਰ ਕਮੇਟੀ ਦੇ ਮੈਂਬਰ رہ ਚੁੱਕੇ ਨੇ ਇੱਕ ਇੱਕ ਸਾਲ ਦੀ ਟਨਯੂਰ ਹੁੰਦੀ ਹੈ ਉਸ ਵਿਚਾਲੇ ਗਰੇਵਾਲ ਸਾਹਿਬ ਨੇ ਕੀ ਕੋਸ਼ਿਸ਼ ਕੀਤਾ ਤੇ ਅੱਜ ਗੁਰਚੰਦ ਸਿੰਘ ਗਰੇਵਾਲ ਸਖਵੀਰ ਸਿੰਘ ਬਾਦਲਹਰਾਂ ਨੂੰ ਮਿਲ ਕੇ ਮੀਡੀਆ ਸਾਹਮਣੇ ਕੀ ਕੁਝ ਦੱਸਣਗੇ ਅਸੀਂ ਇੰਤਜ਼ਾਰ ਕਰ ਰਹੇ ਹਾਂ ਗਰੇਵਾਲ ਸਾਹਿਬ ਬਹੁਤ ਸਵਾਗਤ ਅਸਰ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਵਾਹਿ ਫਤਿਹ ਕੀ ਹਾਲਾ ਤੁਹਾਡਾ ਠੀਕ ਹੈ ਜੀ ਅਕਾਲ ਜੀ ਦਾ ਹਾਲ ਠੀਕ ਹੋ ਜੋ ਮੀਟਿੰਗਾਂ ਕਰਕੇ ਦੇਖੋ ਹਰ ਚੀਜ਼ ਜਿਹੜੀ ਹੈ ਕੋਈ ਵੀ ਪਾਰਟੀ ਹੈ ਉਹਦੇ ਮੰਥਨ ਦੇ ਨਾਲ ਹੀ ਠੀਕ ਹੁੰਦਾ ਹੈ ਇਹ ਸਮਝ ਲਓ ਵੀ ਇੱਕ ਦਵਾਈ ਹੈ ਜਿੰਨੀ ਦੇਰ ਤੱਕ ਵਿਚਾਰ ਨਹੀਂ ਕਰਾਂਗੇ ਉੰਨੀ ਦੇਰ ਤੱਕ ਉਹਦਾ ਮਸਲੇ ਦਾ ਹੱਲ ਨਹੀਂ ਹੋਏਗਾ ਉਹਦੀ ਨਬਜ਼ ਟੋਲੀ ਜਾਏਗੀ ਤੇ ਉਹ ਨਬਜ਼ ਟੋਲਣ ਦੇ ਵਾਸਤੇ ਮੀਟਿੰਗਾਂ ਹੋ ਰਹੀਆਂ ਨਹੀਂ ਮੰਥਨ ਕਰ ਰਹੇ ਹੋ ਕਿ ਸ਼ਕਤੀ ਪ੍ਰਦਰਸ਼ਨ ਕਰ ਰਹੇ ਹੋ ਦੱਸ ਰਹੇ ਹੋ ਕਿ ਸਾਡੇ ਨਾਲ ਕੌਣ-ਕੌਣ ਹੈ ਨਹੀਂ ਦੇਖੋ ਇਹ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਰਾਂ ਦੀ ਗਿਣਤੀ ਡੈਮੋਕ੍ਰੇਸੀ ਦੇ ਵਿੱਚ ਹੁੰਦੀ ਹੈ ਸੋ ਇੱਕ ਤੁਸੀਂ ਆਪ ਜਿਵੇਂ ਜ਼ਿਕਰ ਕੀਤਾ ਹੈ ਕਿ ਇੱਕ ਸੰਕਟ ਹੈ ਇਹਨੂੰ ਸੰਕਟ ਕਹਿ ਲਓ ਇਹਨੂੰ ਰਾਮ ਰੌਲਾ ਤੁਸੀਂ ਜਿਵੇਂ ਗੱਲ ਕਰਦੇ ਹੋ ਉਹ ਕਹਿ ਲਓ ਉਸ ਦੇ ਬਾਅਦ ਇੱਕ ਜ਼ਰੂਰੀ ਹੋ ਜਾਂਦਾ ਕਿ ਆਵਾਮ ਦੇ ਅੰਦਰ ਜਾਂ ਜਿਹੜੀ ਧਿਰ ਚੁਣੌਤੀ ਦੇ ਰਹੀ ਆ ਉਹਨਾਂ ਨੂੰ ਇਹ ਗੱਲ ਦੱਸਣ ਲਈ ਕਿ ਪਾਰਟੀ ਹੀ ਵੱਡੀ ਹੁੰਦੀ ਆ ਲੀਡਰਾਂ ਕਰਕੇ ਪਾਰਟੀ ਨਹੀਂ ਹੁੰਦੀ ਪਾਰਟੀ ਕਰਕੇ ਲੀਡਰ ਹੁੰਦੇ ਆ ਸੋ ਇਸ ਗੱਲ ਲਈ ਉਹ ਮੰਥਨ ਮੀਟਿੰਗ ਹੋ ਰਹੀਆਂ ਉਹਦੇ ਚ ਗਿਣਤੀ ਵੀ ਕੀਤੀ ਜਾਂਦੀ ਆ ਨਹੀਂ ਸਾਰੇ ਸਿਰ 106 ਸਿਰ ਹੈ ਸ਼ਰੌਣੀ ਘਟੀ ਚ ਨਹੀਂ ਕਿ ਜ਼ਿਆਦਾ ਨਹੀਂ ਅਸੀਂ ਉਹਨੂੰ ਇਹ ਗਿਣਦੇ ਆ ਹਾਂ ਇਕ ਸ਼੍ਰੋਮਣੀ ਕਮੇਟੀ ਦੇ ਵਿੱਚ ਗਿਣਤੀ ਵੱਧ ਆ। ਅਸੀਂ ਇਹ ਗਿਣਦੇ ਹਾਂ ਕਿ ਜਿਹੜੇ ਸਾਡੇ ਪ੍ਰਧਾਨ ਧਾਮੀ ਸਾਹਿਬ ਜਦੋਂ ਚੁਣੇ ਗਏ ਉਹਨਾਂ 106 ਵੋਟਾਂ ਸਾਨੂੰ ਪਈਆਂ ਸੀ। ਮੰਨ ਲਓ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਨਾਲ ਜਿਹੜੇ ਜੁੜੇ ਲੋਕ ਆ ਉਹ ਇੰਨੀ ਗਿਣਤੀ ਵਿੱਚ ਸਾਡੇ ਸੀਗੇ ਤੇ ਉਹ ਅੱਜ ਜਦੋਂ ਏਡਾ ਵੱਡਾ ਸੰਕਟ ਚੱਲਿਆ ਮੀਡੀਆ ਨੇ ਕਿਹਾ ਕਿ ਦੁਫਾੜ ਹੋ ਗਿਆ ਉਹਨਾਂ ਨੇ ਕਿਹਾ ਕਿ ਚੁਣੌਤੀ ਦਿੱਤੀ ਆ ਕਾਲੀ ਦਲ ਮੰਨ ਲਓ ਅੱਜ ਇਸ ਤਰ੍ਹਾਂ ਦੀ ਹਾਲਾਤ ਬਣ ਗਈ ਆ ਦੂਸ਼ਣ ਬਾਜ਼ੀਆਂ ਚੱਲ ਰਹੀਆਂ ਨੇ ਉਹਨਾਂ ਵਿੱਚ ਜਦੋਂ ਇਹ ਚੈੱਕ ਕੀਤਾ ਤੇ ਮੈਂ ਇੱਕ ਇੱਕ ਰਾਹਤ ਤੇ ਮੰਨ ਲਓ ਇਸ ਗੱਲ ਲਈ ਇਹ ਮੈਨੂੰ ਚੰਗਾ ਲੱਗਾ ਕਿ ਕੀ ਜਿਹੜਾ ਜਿਹੜਾ ਸ਼ਰੋਣੀ ਗੁਰਦੁਆਰਾ ਪਰੰਧ ਕਮੇਟੀ ਇੱਕ ਐਸਾ ਅਦਾਰਾ ਜਿਹਦੇ ਬਾਰੇ ਲੋਕ ਗੱਲ ਕਰਦੇ ਆ ਜਾਣੀ ਜਾਂਦੀ ਆ ਚਰਚਾ ਵਾ ਕਿ ਜਿਹਦੇ ਸ਼ਰੋਣੀ ਕਮੇਟੀ ਇਹਦੇ ਨਾਲ ਆ ਉਹੀ ਅਸਲੀ ਅਕਾਲੀ ਦਲ ਆ ਸੋ ਅੱਜ ਬਾਕੀ ਵੀ ਵਿੰਗਾ ਦੀਆਂ ਮੀਟਿੰਗਾਂ ਹੋਈਆਂ ਜ਼ਿਲ੍ਹਾ ਪ੍ਰਧਾਨ ਆਏ ਹੋਰ ਆਏ ਸਾਰਿਆਂ ਦੇ ਵਿੱਚ ਵੱਡੀਆਂ ਗਿਣਤੀਆਂ ਆਈਆਂ ਉਹ ਵੱਖਰੀ ਗੱਲ ਆ ਪਰ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਵੱਡਾ ਅਦਾਰਾ ਜਿਹੜਾ ਕਿ ਚੁਣਿਆ ਹੋਇਆ ਅਦਾਰਾ ਨਹੀਂ ਗਰੇਵਾਲ ਸਾਹਿਬ ਐਸਡੀਪੀਸੀ ਬਹੁਤ ਮਹਾਨ ਹੈ ਐਸਡੀਪੀਸੀ ਕੁਰਬਾਨੀਆਂ ਦੇ ਕੇ ਬਣੀ ਹੈ ਸਰ ਸਾਰਿਆਂ ਨੂੰ ਪਤਾ ਇਸ ਗੱਲ ਦਾ ਪਰ ਪਿਛਲੇ ਕੁਝ ਸਾਲਾਂ ਤੋਂ ਮੇਰਾ ਸਵਾਲ ਉਹਨਾਂ ਸਿਰਾਂ ਤੇ ਹੈ ਉਹ ਸਿਰ ਸਿਰਫ ਸਰਬੀਰ ਸਿੰਘ ਬਾਦਲ ਦੀ ਹਾਂ ਮੇਲੀ ਐ ਝੁਕ ਜਾਂਦੇ ਆ ਵੀ ਹਾਂ ਤੁਸੀਂ ਰੋ ਪ੍ਰਧਾਨ ਜਾਂ ਤੁਸੀਂ ਕੋਈ ਗੱਲ ਵੀ ਕਰ ਦਿਓ ਦੇਖੋ ਆਪੋ ਆਪਣਾ ਸੁਭਾਅ ਹੁੰਦਾ ਕੁਝ ਲੋਕਾਂ ਦਾ ਸੁਭਾਅ ਹੁੰਦਾ ਕਿ ਮੇਰੇ ਨਾਲ ਬੈਠਾ ਉਹ ਕਹਿੰਦਾ ਤੂੰ ਗੱਲ ਕਰ ਕੁਝ ਲੋਕਾਂ ਦਾ ਸੁਭਾਅ ਹੁੰਦਾ ਕਿ ਮੇਰੀ ਡਿਊਟੀ ਹੈ ਕਿ ਮੈਂ ਇਹ ਗੱਲ ਕਰਨੀ ਹੈ ਸੋ ਇਸ ਤਰ੍ਹਾਂ ਦੇ ਸਾਰੇ ਜਿਹੜੇ ਲੋਕ ਮਿਲ ਕੇ ਇਹ ਇੱਕ ਪਾਰਟੀ ਬਣਦੀ ਹੈ ਜਾਂ ਕਰੋ ਇੱਕ ਧੜਾ ਬਣਦਾ ਉਸ ਗੱਲ ਦੀ ਸਾਰੇ ਲੋਕ ਨਹੀਂ ਇਸ ਗੱਲ ਦੀ ਜਾਣੇ ਜਾਂਦੇ ਪਰ ਬਹੁਤ ਲੋਕ ਇਸ ਤਰ੍ਹਾਂ ਹੁੰਦੇ ਨੇ ਹੁਣ ਲੋਕਾਂ ਦੇ ਮਨ ਦਾ ਇੱਕ ਭਲੇਖਾ ਬਣ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਸੁਖਬੀਰ ਸਿੰਘ ਬਾਦਲ ਨੂੰ ਕਿਉਂ ਜਿੰਦਾਬਾਦ ਕਰ ਰਹੀ ਆ ਜਿਲ੍ਹਾ ਪ੍ਰਧਾਨ ਕਿਉਂ ਉਹਨੂੰ ਜਿੰਦਾਬਾਦ ਕਰ ਰਹੇ ਨੇ ਜਾਂ ਹੋਰ ਜਿਹੜੀ ਜਿਹੜੀ ਵਰਕਿੰਗ ਕਮੇਟੀ ਉਹਨੂੰ ਕੋ ਕਹਿ ਰਹੀ ਆ ਮੈਂ ਦੋ ਮੀਟਿੰਗਾਂ ਅਟੈਂਡ ਕੀਤੀਆਂ ਦੋਨੋਂ ਮੀਟਿੰਗਾਂ 'ਚ ਸੁਖਬੀਰ ਸਿੰਘ ਬਾਦਲ ਨੇ ਪਹਿਲੀ ਗੱਲ ਇਹ ਕਹੀ ਕਿ ਮੈਂ ਅਸਤੀਫਾ ਦੇਣ ਨੂੰ ਤਿਆਰ ਆ ਇੱਕ ਸਕਿੰਟ 'ਚ ਮੈਂ ਤੋ ਅਸਤੀਫਾ ਲੈ ਲਵਾਂ ਉਹਦਾ ਹੱਲ ਕਰੋ ਅਗੇ ਇੱਕ ਪਾਰਟੀ ਆ ਜਿਹੜੀ ਉਹਦਾ ਜਿਹੜਾ ਜਿਹੜਾ ਆਗੂ ਮੈਂ ਹੁਣ ਗੱਲ ਕਰਦਾ ਕਿ ਮੈਂ ਸਮਰਪਿਤ ਆ ਸ੍ਰੀ ਕਾਲ ਤਖਤ ਸਾਹਿਬ ਨੂੰ ਕੱਲ ਉੱਥੇ ਗਿਆਨੀ ਹਰਪ੍ਰੀਤ ਸਿੰਘ ਜੀ ਬੈਠੇ ਸੀ ਮੇਰੇ ਮਨ ਚ ਉਹਨਾਂ ਦਾ ਉਹ ਸਤਕਾਰ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਡਿਊਟੀ ਕਰ ਰਹੇ ਨੇ ਅੱਜ ਉੱਥੇ ਗਿਆਨੀ ਰਕबीर ਸਿੰਘ ਜੀ ਬੈਠੇ ਆ ਤੇ ਮੇਰੇ ਮਨ ਚ ਸਤਕਾਰ ਆ ਕਿਉਂਕਿ ਉਸ ਰਤਬੇ ਨੂੰ ਸਤਕਾਰ ਉਹ ਕਾਲੀਦਾਲ ਇੱਕ 103 ਸਾਲ ਪੁਰਾਣੀ ਪਾਰਟੀ ਆ ਜਿਹਦਾ ਇੱਕ ਵजूद ਆ ਜਿਹਦਾ ਇੱਕ ਇਤਿਹਾਸ ਆ ਜਿਹਦੀ ਇੱਕ ਹਿਸਟਰੀ ਆ ਜਿਹੜੀ ਕਿ ਝੂਠ ਦੇ ਸਿਰ ਤੇ ਜਾਂ ਕੋ ਬਲਫ ਮਾਰ ਕੇ ਜਾਂ ਠੱਗੀਆਂ ਮਾਰ ਕੇ ਜਾਂ ਲੋਕਾਂ ਦੇ ਨਾਲ ਝੂਠੇ ਵਾਅਦੇ ਕਰਕੇ ਨਹੀਂ ਆਈ ਇਹਦਾ ਆਪਣਾ ਆਪਣਾ ਇੱਕ ਸਿਧਾਂਤ ਆ ਆਪਣਾ ਇਤਿਹਾਸ ਹਿਸਟਰੀ ਕੁਰਬਾਨੀਆਂ ਬਹੁਤ ਵੱਡਾ ਵਾ 47 ਤੋਂ ਪਹਿਲਾਂ ਵੀ ਬਹੁਤ ਵੱਡਾ ਤੇ 47 ਤੋਂ ਬਾਅਦ ਵੀ ਹੈ ਠੀਕ ਹੈ 47 ਤੋਂ ਪਹਿਲਾਂ ਅਸੀਂ ਲੜਾਈਆਂ ਲੜਦੇ ਸੀ ਸੰਘਰਸ਼ ਲੜਦੇ ਸੀ ਅੰਗਰੇਜ਼ਾਂ ਨਾਲ ਲੜਿਆ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਗੁਰਦਾਰੇ ਯਾਦ ਕਰਵਾਏ ਉਦੋਂ ਬਾਅਦ ਅਸੀਂ ਦੇਸ਼ ਨੂੰ ਯਾਦ ਕਰਾਉਣ ਦੀ ਸ਼ਰੋਣੀ ਕਮੇਟੀ ਨੇ ਕੰਮ ਕੀਤਾ ਉਦੋਂ ਬਾਅਦ ਅਸੀਂ ਰਾਜਨੀਤੀ 'ਚ ਆ ਜੰਨੇ ਆ ਰਾਜਨੀਤੀ ਵੋਟ ਤੰਤਰ ਆ ਵੋਟ ਤੰਤਰ ਦੇ ਅੰਦਰ ਬਹੁਤ ਸਾਰੀਆਂ ਉਤਰਾਇਆਂ ਚੜਾਈਆਂ ਆਉਂਦੀਆਂ ਰਹਿੰਦੀਆਂ ਨੇ ਚਾਹੇ ਲੀਡਰਸ਼ਿਪ ਦੀਆਂ ਹੋਣ ਚਾਹੇ ਕਿਸੇ ਹੋਰ ਤਰ੍ਹਾਂ ਦੀਆਂ ਹੋਣ ਸੋ ਇਸ ਕਰਕੇ ਇਸ ਕਰਕੇ ਮੈਂ ਗੱਲ ਕਰਦਾ ਕਿ ਇਹ ਜਿਹੜੀ ਪਾਰਟੀ ਆ ਇਹ ਅਕਾਲੀ ਦਲ ਜਿਹੜਾ ਵਾ ਇਹ ਅਕਾਲੀ ਦਲ ਮਜ਼ਬੂਤ ਰਹਿਣਾ ਚਾਹੀਦਾ ਲੋਕ ਆਵਾਮ ਇਹ ਗੱਲ ਕਹਿੰਦੇ ਆ ਕਿ ਮਜ਼ਬੂਤ ਰਹਿਣਾ ਚਾਹੀਦਾ ਗਰੀਬਾਤ ਸਾਹਿਬ ਗਰੀਬਾਤ ਸਾਹਿਬ ਸ਼ਰੋਣੀ ਅਕ ਸ਼੍ਰੋਮਣੀ ਗੁਰਦੁਆਰਾ ਬੰਦਕ ਕਮੇਟੀ ਸ਼੍ਰੀ ਕਾਲਕਤਖਬ ਉਹਦੀ ਸਰਵਉੱਚਤਾ ਉਸ ਇਤਿਹਾਸ ਤੋਂ ਕੋਈ ਮੁਨਕਰ ਨਹੀਂ ਸਰ ਪਿਛਲੇ ਕੁਝ ਸਾਲਾਂ ਤੋਂ ਸਰ ਤੁਸੀਂ ਕੀਤਾ ਕੀ ਹੈ ਸਵਾਲ ਤਾਂ ਇਹ ਹੈ ਤੁਸੀਂ ਕੌਮ ਲਈ ਕੀ ਕੀਤਾ ਤੁਸੀਂ ਪੰਥ ਲਈ ਕੀ ਕੀਤਾ ਮੈਨੂੰ ਲੱਗਦਾ ਕਿ ਇਹ ਸਵਾਲ ਜੇ ਦੂਸਰਾ ਦੂਸਰਾ ਪੱਖ ਅਸੀਂ ਲੈ ਲਈਏ ਕਿ ਅਸੀਂ ਕੀ ਨਹੀਂ ਕੀਤਾ ਤੁਸੀਂ ਦੇਖੋ ਕਿ ਇਸ ਦੇਸ਼ ਦੇ ਅੰਦਰ ਪੰਜਾਬ ਜਿਹੜਾ ਖਿੱਤਾ ਵਾ ਲੋਕਤੰਤਰ ਹੈ ਇੱਥੇ ਵੋਟਾਂ ਪੈਂਦੀਆਂ ਨੇ ਇੱਥੇ ਵਕ ਵਕ ਪਾਰਟੀਆਂ ਨੇ ਆਪਣੀ ਆਪਣੀ ਵਿਚਾਰਧਾਰਾ ਵਾ ਇੱਥੇ ਇੱਕ ਪਾਰਟੀ ਕਾਂਗਰਸ ਹੈ ਜਿਨੇ ਸਾਡੇ ਦੇ ਨਾਲ ਪਿਛਲੇ ਸਮੇਂ 'ਚ ਜੋ ਕੁਛ ਕੀਤਾ ਪਤਾ ਉਸ ਦੇ ਨਾਲ ਇੱਕ ਬੀਜੇਪੀ ਆ ਗਈ ਜਿਹਦੇ ਨਾਲ ਸਾਡੀ ਥੋੜੀ ਦੇਰ ਸਾਂਝ ਰਹੀ ਅੱਜ ਉਹ ਕੀ ਕਰ ਰਹੀ ਹੈ ਉਹ ਪਤਾ ਵਾ ਇੱਥੇ ਪੰਜਾਬ ਦੇ ਅੰਦਰ ਚੋਣਾਂ ਦੇ ਵਿੱਚ ਭਾਗ ਲੈਂਦੀ ਆ ਆਮ ਆਦਮੀ ਪਾਰਟੀ ਇੱਥੇ ਤਿੰਨ ਪਾਰਟੀਆਂ ਜਦੋਂ ਸਿੱਖਾਂ ਦੀ ਗੱਲ ਆਉਂਦੀ ਆ ਤੇ ਉਹ ਸਾਰਿਆਂ ਦਾ ਏਜੰਡਾ ਤੇ ਸਾਰਿਆਂ ਦੀ ਬੋਲੀ ਇੱਕ ਹੁੰਦੀ ਆ ਹੁਣ ਤੁਸੀਂ ਮੈਂ ਇੱਕ ਛੋਟੀ ਜੀ ਗੱਲ ਕਰਦਾ ਜਿਹੜੀ ਮੈਂ ਆਪਣੇ ਤੌਰ ਤੇ ਕਹਿਣੀ ਚਾਹਣਾ ਪਾਣੀਆਂ ਦਾ ਮਦਦਾਲਾ ਹੁਣ ਪਾਣੀਆਂ ਦਾ ਜਿਹੜੇ ਖੋਣ ਦੀ ਗੱਲ ਹੈ ਉਹਦੇ ਵਿੱਚ ਸਾਰੇ ਇੱਕ ਨੇ ਉਹ ਕੋਈ ਹੋਰ ਨਹੀਂ ਹੈ ਕਹਿੰਦੇ ਕਿ ਫਲਾਣਾ ਆਟਰੇਟ ਲੱਭਿਆ ਜਾਵੇ ਉਹ ਜਿਹੜੀ ਇੱਕ ਨੇਪਾਲ ਤੋਂ ਇੱਕ ਨਹਿਰ ਚੱਲਣ ਆ ਰਹੀ ਹੈ ਜਿਹੜੀ ਹਰਿਆਣੇ ਦੇ ਵਿੱਚ ਦੀ ਲੱਗਣੀ ਆ ਕੋਈ ਨਹੀਂ ਇਹ ਗੱਲ ਕਹਿੰਦਾ ਕਿ ਅਸੀਂ ਉਹ ਚੋਂ ਪਾਣੀ ਲੈ ਲਾਂਗੇ ਪੰਜਾਬ ਨੂੰ ਵੀ ਉਹ ਚੋਂ ਦੋਵਾਂਗੇ ਉਹ ਕਹਿੰਦੇ ਵੀ ਐਸਵਾਈਐਲ ਕੱਢਣੀ ਕੱਢਣੀ ਆ ਪੰਜਾਬ ਤੋਂ ਪਾਣੀ ਖੋਣਾ ਹੀ ਖੋਣਾ ਇਹ ਸਾਰਾ ਏਜੰਡਾ ਵਿਰੋਧੀ ਧਿਰਾਂ ਦਾ ਜਿਹੜਾ ਉਹਦੇ ਨਾਲ ਜੇ ਲੜ ਰਿਹਾ ਤੇ ਕੱਲਾ ਕਾਲੀ ਦਾ ਲੜ ਰਿਹਾ ਅੱਜ ਜੇ ਪੰਜਾਬ ਦੀ ਗੱਲ ਕਰ ਰਿਹਾ ਠੀਕ ਹੈ ਸਿਆਸੀ ਤੌਰ ਤੇ ਵੋਟਾਂ ਦੇ ਤੌਰ ਤੇ ਅਸੀਂ ਹਾਰ ਗਏ ਆ ਇਹ ਇਹ ਰਾਜਨੀਤੀ ਦੀ ਰਾਜਨੀਤਿਕ ਪਾਰਟੀਆਂ ਦੇ ਵਿੱਚ ਉਤਰਾ ਚੜਾ ਆਉਂਦੇ ਰਹਿੰਦੇ ਆ ਇਹੀ ਫੁੱਲ ਵਾਲੇ ਜਿਹੜੇ ਆਪਣੇ ਉਹਨੂੰ 400 ਪਾਰ ਦੀਆਂ ਗੱਲਾਂ ਕਰਦੇ ਸੀ ਇਹ ਦੋ ਸੀਗੇ ਦੋ ਤੋਂ ਬਾਅਦ ਅੱਜ ਕਿੰਨੇ ਆ ਗਏ ਹੋਣੇ 400 ਦੀ ਗੱਲ ਕਰਦੇ ਸੀ 200 ਰਹਿ ਗਏ ਮੈਂ ਇਹ ਇਹ ਉਤਰਾ ਚੜਾ ਆਉਂਦੇ ਰਹਿੰਦੇ ਕਾਂਗਰਸ ਵੀ ਆ ਮੈਂ ਮੈਂ ਦੱਸਾਂ ਨਹੀਂ ਇੱਕੋ ਗੱਲ ਉਤਾਰ ਚੜਾ ਸਾਰੇ ਦਿਖਦੇ ਪਏ ਸਰ ਉਤਰਾ ਚੜਾ ਕੀ ਹੋ ਰਿਹਾ ਗਰਵ ਸਰ ਮੇਰਾ ਸਵਾਲ ਬੜਾ ਸਿੱਧਾ ਹੈ ਕੀ ਐਸਜੀਪੀਸੀ ਨੂੰ ਸ਼੍ਰੋਮਣੀ ਕਾਜਲ ਦੇ ਪ੍ਰਧਾਨ ਦੀ ਬੈਠਕ ਵਿੱਚ ਜਾਣਾ ਜ਼ਰੂਰੀ ਸੀ ਜੇ ਜਾਣਾ ਜ਼ਰੂਰੀ ਸੀ ਤਾਂ ਕਿਉਂ ਜ਼ਰੂਰੀ ਉਹ ਦੇਖੋ ਗੱਲ ਇਹ ਆ ਕਿ ਵੈਸੇ ਬੁਨਿਆਦੀ ਤੌਰ ਤੇ ਤੇ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਹੀ ਅਕਾਲੀ ਦਲ ਨਿਕਲਿਆ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ 1920 ਦੇ ਵਿੱਚ ਪਹਿਲਾਂ ਸ਼੍ਰੋਮਣੀ ਕਮੇਟੀ ਬਣਾਈ ਗਈ ਗੁਰਦੁਆਰਿਆਂ ਦੀ ਆਜ਼ਾਦ ਕਰਾਉਣ ਲਈ ਅੰਗਰੇਜ਼ਾਂ ਦੇ ਟੌਟਾਂ ਤੋਂ ਬਚਾਉਣ ਲਈ ਤਾਂ ਉਹ ਸੰਗਤ ਨੇ ਜਿਹੜੇ ਬਣੇ ਸੀ ਆਗੂ ਉਹਨਾਂ ਨੇ ਸੋਚਿਆ ਕਿ ਅਸੀਂ ਕਿਹਨਾਂ ਦੇ ਸਿਰ ਤੇ ਕਰਨਾ ਤੇ ਫਿਰ ਉਹਨਾਂ ਨੇ ਇੱਕ ਵਲੰਟੀਅਰ ਫੌਜ ਤਿਆਰ ਕੀਤੀ ਸਾਰਿਆਂ ਨੂੰ ਪਤਾ ਕਿ ਉਹ ਉਦੋਂ ਬਾਅਦ ਨਵੰਬਰ ਤੋਂ ਬਾਅਦ ਦਸੰਬਰ ਦੇ ਵਿੱਚ ਅਕਾਲੀ ਦਲ ਜਿਹੜਾ ਉਹ ਉਹ ਬਣਦਾ ਵਾ ਵਲੰਟੀਅਰ ਦੇ ਤੌਰ ਤੇ ਉਹ ਬਣੇ ਉਸ ਫੌਜ ਨੇ ਸਮੇਂ-ਸਮੇਂ ਲੜਾਈਆਂ ਲੜੀਆਂ ਮੋਰਚੇ ਲੜੇ ਉਦੋਂ ਬਾਅਦ ਆਜ਼ਾਦੀ ਤੋਂ ਬਾਅਦ ਉਹ ਵੋਟ ਤੰਤਰ ਦੇ ਵਿੱਚ ਆ ਗਈ ਉਹ ਅਸੀਂ ਅਕਾਲੀ ਦਲ ਨੂੰ ਤੇ ਸ਼ਰੋਣੀ ਕਮੇਟੀ ਨੂੰ ਵੱਖ ਨਹੀਂ ਕਰ ਸਕਦੇ ਭਾਵੇਂ ਕੀ ਸਿੱਖਾਂ ਦਾ ਸਿਧਾਂਤ ਵੀ ਆ ਸਰ ਤੁਸੀਂ ਵਕ ਨਾ ਕਰੋ ਮੈਂ ਤੁਸੀਂ ਆਪ ਹੀ ਕਹਿਆ ਸਰ ਮੈਂ ਤਾਂ ਉਹਨ ਤੋਂ ਜਾਣਾ ਚਾਹੁੰਦਾ ਸ਼ਰਮਣੀ ਕਮੇਟੀ ਜੋ ਸ਼ਰਮਣੀ ਕਾਲ ਦਾ ਨਿਕਲਿਆ ਹਾਂਜੀ ਸ਼ਰਮਣੀ ਕਾਲ ਦਾ ਮੁਖੀ ਸ਼ਰਮਣੀ ਕਮੇਟੀ ਨੂੰ ਬੁਲਾ ਰਿਹਾ ਕੀ ਸ਼ਰਮਣੀ ਕਾਲ ਦਾ ਤੇ ਮੁਖੀ ਨੂੰ ਸ਼ਰਮਣੀ ਕਮੇਟੀ ਕੋਲ ਜਾਣਾ ਨਹੀਂ ਇਸ ਇਸ ਤਰ੍ਹਾਂ ਦੀ ਕੋਈ ਕੋਈ ਗੱਲ ਨਹੀਂ ਦੇਖੋ ਇੱਕ 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 ਮੀਟਿੰਗ ਆ ਉਹ ਮੀਟਿੰਗ ਜਿਹੜੀ ਆ ਅਕਾਲੀ ਦਲ ਦਾ ਇੱਕ ਦਫਤਰ ਆ ਉੱਥੇ ਇੱਕ ਮੀਟਿੰਗ ਯੋਜਿਤ ਕੀਤੀ ਜਾਂਦੀ ਆ ਉਹ ਮੀਟਿੰਗ ਦਾ ਮਤਲਬ ਤਲਬ ਕੀਤਾ ਨਹੀਂ ਉਹ ਜਿਹੜੇ ਲੋਕ ਮੈਂ ਅਕਾਲੀ ਦਲ ਦੀ ਵਿਚਾਰਧਾਰਾ ਨਾਲ ਖੜਾ ਮੈਂ ਅਕਾਲੀ ਦਲ ਦੀ ਵਿਚਾਰਧਾਰਾ ਨਾਲ ਖੜਾ ਤੇ ਮੈਂ ਅਕਾਲੀ ਦਲ ਦੀ ਉਸ ਮੀਟਿੰਗ ਵਿੱਚ ਜਾ ਰਿਹਾ ਅਕਾਲੀ ਦਲ ਦੀ ਵਿਚਾਰਧਾਰਾ ਨਾਲ 100 ਸਵਾ 100 ਬੰਦੇ ਜਿਹੜੇ ਆ ਮੈਂਬਰ ਚੁਣੇਗੇ ਉਹ ਮੈਂਬਰ ਜਦੋਂ ਚੁਣੇ ਗਏ ਇੱਕ ਆਪਾਂ ਆਧਾਰਨ ਦਿੰਨੇ ਆ ਤੇ ਉਹ ਉਹਦੇ ਲਈ ਇੱਕ ਸਾਲਸ ਬਣਾਤਾ ਵੀ ਅਕਾਲੀ ਦਲ ਦਾ ਪ੍ਰਧਾਨ ਯਾਰ ਅਸੀਂ ਅਸੀਂ ਆਪਣਾ ਪ੍ਰਧਾਨ ਚੁਣਨਾ ਅਸੀਂ ਸਾਲਸ ਬਣਾਤਾ ਕਿ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਵਾ ਉਹ ਸਾਰਿਆਂ ਨਾਲ ਗੱਲ ਕਰਕੇ ਸਰਬਸੰਮਤੀ ਕਰਕੇ ਫੈਸਲਾ ਕਰ ਦੇਗਾ ਸੋ ਇਸ ਕਰਕੇ ਇਹਨੂੰ ਨਾ ਤਾਂ ਤਲਬ ਦੀ ਗੱਲ ਕਰੀਏ ਨਾ ਉਹਨਾਂ ਕੋ ਪਹੁੰਚੇ ਦੀ ਗੱਲ ਕਰੀਏ ਫਿਰ ਤੁਹਾਡੀ ਮੀਟਿੰਗ ਕੱਲੀ ਹਾਈਲਾਈਟ ਕਿਉਂ ਹੋ ਰਹੀ ਹੋਰ ਮੀਟਿੰਗਾਂ ਬੜੀਆਂ ਹੋਈਆਂ ਜ਼ਿਲ੍ਹਾ ਇੰਚਾਰਜ ਨਾਲ ਹਲਕਾ ਇੰਚਾਰਜ ਨਾਲ ਤੁਹਾਡੀ ਮੀਟਿੰਗ ਨਹੀਂ ਹਾਈਲਾਈਟ ਹੋਣੀ ਚਾਹੀਦੀ ਆ ਇੱਕ ਸੰਸਥਾਵਕ ਚੁਣੀ ਹੋਈ ਸੰਸਥਾਵਾ ਬਹੁਤ ਵੱਡੀ ਗੱਲ ਆ ਮੈਂ ਹੋਰ ਹਾਈਲਾਈਟ ਕਰ ਦਿੰਦਾ ਤੁਸੀਂ ਉੱਥੇ ਕੀ ਬੋਲਿਆ ਸੀ ਜਾ ਕੇ ਨਹੀਂ ਮੈਂ ਦੇਖੋ ਅਸੀਂ ਤਾਂ ਇਹੋ ਹੀ ਕਹਿਣਾ ਨਾ ਕਿ ਪਹਿਲੀ ਗੱਲ ਤਾਂ ਇਹ ਆ ਕਿ ਕਾਲੀ ਦਲ ਪੰਥਕ ਏਜੰਡੇ ਤੇ ਕੈਮ ਰਵੇ ਕਿਉਂਕਿ ਅਸੀਂ ਪੰਥਕ ਸੋਚ ਨਾਲ ਸੰਬੰਧਤ ਆ ਅਸੀਂ ਉਸ ਖੇਤੇ ਵਿੱਚੋਂ ਆਏ ਆ ਉਸ ਸੰਘਰਸ਼ ਵਿੱਚੋਂ ਆਏ ਆ ਕਿ ਕਾਲੀ ਦਲ ਪੰਥ ਦੇ ਨਾਲ ਖੜਾ ਰਹਿਣਾ ਚਾਹੀਦਾ ਅਸੀਂ ਇਹ ਕਹਿੰਦੇ ਆ ਲੋਕ ਵੀ ਇਹ ਚ ਸੋਚਦੇ ਆ ਹੈ ਵੀ ਅਵਜੂਦ ਦੇ ਵਿੱਚ ਇਹ ਕਿ ਜਿਹੜੇ ਸਿੱਖ ਨੇ ਉਹ ਕੀ ਕਹਿਣ ਕਿ ਸਾਡੀ ਪਾਰਟੀ ਕਿਹੜੀ ਆ ਅਸੀਂ ਚਾਹੁੰਦੇ ਹਾਂ ਕਿ ਪਿਛਲੇ ਸਮੇਂ ਦੇ ਵਿੱਚ ਬੜੇ ਸਾਰੇ ਕਹਿੰਦੇ ਹੁੰਦੇ ਆ ਹੋਏ ਗਲਤੀਆਂ ਹੋਈਆਂ ਗਲਤੀਆਂ ਨਾ ਕਹੋ ਵੀ ਉਹਦੇ ਲਈ ਭੁੱਲਾਂ ਹੋਈਆਂ ਭੁੱਲਾਂ ਨਾ ਭੁੱਲਾਂ ਵੀ ਕਹਿ ਲਓ ਕੁਝ ਵੀ ਕਹੋ ਮਿੱਤਜਰਬੇ ਹੋਏ ਉਸ ਤਜਰਬਿਆਂ ਤੋਂ ਬਾਅਦ ਅੱਜ ਗਲਤ ਤਜਰਬੇ ਅੱਜ ਫੇਰ ਅੱਜ ਫੇਰ ਕਲੀਅਰ ਘਟਾਈ ਗੱਲ ਗਲਤ ਤਜਰਬੇ ਹੋਏ ਇਹ ਗੱਲ ਕਹੋ ਕੁਝ ਵੀ ਕਹੋ ਤਜਰਬੇ ਹੋਏ ਉਸ ਤਜਰਬਿਆਂ ਤੋਂ ਸਾਨੂੰ ਇਦਾਂ ਲੱਗਾ ਕਿ ਸਿੱਖ ਜਿਹੜਾ ਵਾ ਉਹ ਇਹ ਮਹਿਸੂਸ ਕਰਦਾ ਕਿ ਸਾਡੀ ਪਾਰਟੀ ਸਾਡੀ ਗੱਲ ਕਰੇ ਤੇ ਭਾਵੇਂ ਕੀ ਗੱਲ ਕਰ ਤੋ ਛੁੱਟੇ ਨਹੀਂ ਹੁਣ ਦੇਖੋ 24 ਦੇ ਵਿੱਚ ਬਿਲਕੁਲ ਇਹ ਇੱਕ ਵੱਡਾ ਵੱਡਾ ਫੇਰ ਬਦਲ ਦਿਖਾਈ ਦਿੱਤਾ ਭਾਵੇਂ ਪਹਿਲਾਂ ਸੀਗਾ ਪਰ ਹੁਣ ਇੱਕ ਗੱਲ ਕਲੀਅਰ ਹੋਈ ਕਿ ਸੱਤਾ ਜਾਂ ਜਾਂ ਜਿਹੜੀ ਕਿਰਾਏ ਦੀ ਜਿਹੜੀ ਆ ਸਾਨੂੰ ਮੰਤਰੀਸ਼ਿਪ ਉਹ ਪਹਾੜੇ ਦੀ ਨਹੀਂ ਚਾਹੀਦੀ ਅਸੀਂ ਜੇ ਕਿਸੇ ਨਾਲ ਸਮਝੌਤਾ ਕਰਾਂਗੇ ਤੇ ਸੱਤਾ ਦੇ ਬਿਠੇ ਲੋਕਾਂ ਨਾਲ ਜੇ ਕਰਾਂਗੇ ਤਾਂ ਅਸੀਂ ਪੰਥ ਦੀ ਗੱਲ ਕਰਾਂਗੇ ਪੰਜਾਬ ਦੀ ਗੱਲ ਕਰਾਂਗੇ ਸ਼੍ਰੋਮਣੀ ਕਮੇਟੀ ਦੀ ਗੱਲ ਕਰਾਂਗੇ ਬੰਦੀ ਸਿੰਘਾਂ ਦੀ ਗੱਲ ਕਰਾਂਗੇ ਮੈਂ ਛੋਟਾ ਜਿਹਾ ਵਕਫਾ ਲੈ ਕੇ ਵਾਪਸ ਆ ਰਿਹਾ ਇਹ ਬੰਦੀ ਸਿੰਘਾਂ ਦੀ ਗੱਲ ਕੀਤੀ ਹੈ ਪੰਥ ਦੀ ਗੱਲ ਕੀਤੀ ਹੈ ਸਵਾਲ ਬਹੁਤ ਸਾਰੇ ਆ ਬਹੁਤ ਸਾਰੇ ਸਵਾਲ ਆ ਜਿਹੜੇ ਉਹ 40 ਮਿੰਟ ਦੀ ਇੰਟਰਵਿਊ ਵਿੱਚ 45 ਮਿੰਟ ਦੀ ਇੰਟਰਵਿਊ ਵਿੱਚ ਨਹੀਂ ਪੁੱਛੇ ਜਾ ਸਕਦੇ ਪਰ ਉਹ ਸਾਰੇ ਸਵਾਲ ਪੁੱਛੂੰਗਾ ਜਿਹੜੇ ਅੱਜ ਦੀ ਤਾਰੀਖ ਵਿੱਚ ਲੜਿੰਦੇ ਆ ਵਾਪਸ ਆ ਰਿਹਾ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਆ ਗੁਰਚੰਦ ਸਿੰਘ ਗਰੇਵਾਲ ਸਾਡੇ ਨਾਲ ਨੇ ਗਰੇਵਾਲ ਸਾਹਿਬ ਬੋਡੀ ਵਿਵਾਕੀ ਨਾਲ ਗੱਲ ਕਰਨ ਵਾਲੇ ਜਾਣ ਜਾਂਦੇ ਆ ਪਰ ਪਾਰਟੀ ਦੀ ਕੋਈ ਲਾਈਨ ਹੁੰਦੀ ਆ ਉਸ ਤੋਂ ਬਾਹਰ ਜਾ ਕੇ ਤਾਂ ਨਹੀਂ ਬੋਲ ਸਕਦੇ ਗਰੇਵਾਲ ਸਾਹਿਬ ਗਰੇਵਾਲ ਸਾਹਿਬ ਜਿਹੜੀਆਂ 4 ਗਲਤੀਆਂ ਖਿਮਾ ਜਾਂਚਨਾ ਦੇ ਵਿੱਚ ਗਿਣਾਈਆਂ ਗਈਆਂ ਉਹ ਗਲਤੀਆਂ ਨੂੰ ਤੁਸੀਂ ਦਰੁਸਤ ਮੰਨਦੇ ਹੋ ਜਾਂ ਨਹੀਂ ਜਿਹੜਾ ਤੁਹਾਡਾ ਤੁਹਾਡੇ ਸਾਥੀਆਂ ਨੇ ਸ਼੍ਰੀ ਕਾਲ ਤਖਤ ਸਾਹਿਬ ਅੱਗੇ ਜਾ ਕੇ ਪੇਸ਼ ਹੋ ਕੇ ਉਹ ਖਿਮਾ ਜਾਂਚਨਾ ਪੱਤਰ ਜਿਹੜਾ ਸੌਂਪਿਆ ਤੁਸੀਂ ਉਹਨਾਂ ਗਲਤੀਆਂ ਨੂੰ ਗਲਤੀਆਂ ਮੰਨਦੇ ਹੋ ਜਾਂ ਨਹੀਂ ਸਰ ਦੇਖੋ ਇਹ ਗਲਤੀਆਂ ਵਾਲੀ ਗੱਲ ਜਿਹੜੀ ਕਰਦੇ ਹੋ ਨਾ ਇਹ ਮੈਂ ਤਾਂ ਮੈਨੂੰ ਲੱਗਦਾ 7 ਸਾਲ ਪਹਿਲਾਂ ਵੀ ਕਰ ਚੁੱਕਿਆ ਕਿ ਇਹ ਜਿਹੜਾ ਸੌਦਾ ਸਾਦ ਨੂੰ ਮਾਫੀ ਦੇਣੀ ਗਲਤੀ ਸਾਡੀ ਅਸੀਂ ਉਹਨੂੰ ਕਿਤੇ ਵੀ ਤਰ੍ਹਾਂ ਜਸਟੀਫਾਈ ਨਹੀਂ ਕਰ ਸਕਦੇ ਉਸ ਤੋਂ ਬਾਅਦ ਸ਼ਰੋਣੀ ਕਮੇਟੀ ਵੱਲੋਂ 60 70 80 ਲੱਖ ਦੇ ਇਛਤਿਆਰ ਦੇਣ ਗਲਤੀ ਸਾਡੀ ਜਸਟੀਫਾਈ ਨਹੀਂ ਕਰ ਸਕਦੇ ਸੈਣੀ ਨੂੰ ਉਹਦੇ ਡੀਜੀਪੀ ਲਾਉਣਾ ਸਾਡੀ ਗਲਤੀ ਇਹ ਵੱਡੀਆਂ ਗੱਲਾਂ ਨੇ ਜਿਹਨੂੰ ਜ਼ਹਾਰ ਆਲਮ ਜ਼ਹਾਰਾ ਹੁਣ ਵਿੱਚ ਹੀ ਆ ਗਿਆ ਤਾਂ ਉਹ ਸੈਣੀ ਦਾ گاਾਂ ਸਾਰੇ ਸੈਣੀ ਵਾਲੇ ਹੀ ਆ ਉਹ ਇਹ ਸਾਡੀਆਂ ਗਲਤੀਆਂ ਸੀਗੀਆਂ 2007 ਸਵਾਗ ਕੇਸ ਉਸ ਉਹ ਵਿੱਚ ਹੀ ਆ ਗਿਆ ਨਾ ਮੈਂ ਹੁਣ ਉਹ ਗੱਲ ਕਰਦਾ ਕਿ ਇਸ ਸੰਬੰਧੀ ਬਹੁਤ ਵਾਰ ਤੇ ਪਿਛਲੇ ਦਿਨਾਂ ਚ ਦਰਬਾਰ ਸਾਹਿਬ ਦੇ ਹਦੂਦ ਦੇ ਅੰਦਰ ਇਸ ਗੱਲ ਨੂੰ ਬੋਲ ਕੇ ਇਹਦੀਆਂ ਮਾਫੀਆਂ ਮੰਗੀ ਗਈਆਂ ਤੇ ਉਸ ਤੇ ਗੁਰੂ ਦੀ ਆਸਥਾ ਦੇ ਆਪਣੇ ਆਪ ਨੂੰ ਸਮਰਪਿਤ ਕਰਕੇ ਬੋਲ ਕੇ ਗੱਲ ਕਹੀ ਗਈ ਕਿ ਆਹ ਗੱਲਾਂ ਸਾਡੇ ਤੋਂ ਗਲਤੀਆਂ ਹੋਈਆਂ ਅਸੀਂ ਇਹਦੀ ਮਾਫੀ ਚਾਹੁੰਦੇ ਹਾਂ ਤੋਂ ਮਾਫੀ ਮੰਗੀ ਗਈ ਅਸੀਂ ਕਦੋਂ ਇਸ ਗੱਲ ਨੂੰ ਜਸਟੀਫਾਈ ਕਰਦੇ ਹਾਂ ਕਿ ਇਹ ਜਿਹੜਾ ਕੁਝ ਹੋਇਆ ਸੀ ਉਹ ਚੰਗਾ ਹੋਇਆ ਸੀ ਨਹੀਂ ਉਹ ਤਾਂ ਕਹਿੰਦੇ ਵਿਧੀ ਵਿਧਾਨ ਰਹੀ ਤੁਸੀਂ ਮਾਫੀ ਨਹੀਂ ਮੰਗੀ ਜੋ ਵੀ ਵਿਧਾਨ ਹੋਣਾ ਚਾਹੀਦਾ ਬੜੀ ਬੜੀ ਚੰਗੀ ਗੱਲ ਕੀਤੀ ਹੈ ਹਾਂ ਵਿਦੇ ਵਿਦਾਰ ਰਹੀ ਗੱਲ ਕਰਨ ਵਾਲੇ ਮੈਂ ਮੈਂ ਪਹਿਲਾਂ ਇਹ ਗੱਲ ਕਹਿ ਦਿਆਂ ਕਿ ਕਿਸੇ ਵੀ ਤਰ੍ਹਾਂ ਆਪਣੇ ਇਸ਼ਟ ਕੋਲ ਆਪਣੀ ਕੀਤੀ ਗਲਤੀ ਆਪਣੇ ਪਾਪ ਨੂੰ ਧੋਣ ਲਈ ਤੇ ਗਲਤੀ ਨੂੰ ਸੁਧਾਰਨ ਲਈ ਕੋਈ ਵੀ ਧਰਮੀ ਬੰਦਾ ਆਪਣੇ ਇਸ਼ਟ ਤੱਕ ਜਾਂਦਾ ਸਿੱਖਾਂ ਦੇ ਵਿੱਚ ਸਰਵੋਤਮ ਸੰਸਥਾ ਸ੍ਰੀ ਕਾਲ ਤਖਤ ਸਾਹਿਬ ਹੈ ਅਸੀਂ ਰੋਜ਼ ਜਾਣੇ ਆ ਅਸੀਂ ਰੋਜ਼ ਇਹ ਗੱਲ ਕਰਦੇ ਆ ਕਿ ਸਾਤੋਂ ਗੁਰੂ ਮਹਾਰਾਜ ਕੋਈ ਜਾਣੇ ਅਣਜਾਣੇ ਚ ਗਲਤੀ ਹੋ ਗਈ ਅਸੀਂ ਮਾਫ ਕਰਨਾ ਇਹ ਸਾਡੀ ਭਾਵਨਾ ਸਰ ਸਵਾਲ ਇੱਥੇ ਆ ਕੇ ਰੁਕਦਾ ਹੈ ਕਹਿੰਦੇ ਤੁਸੀਂ ਮਾਫੀ ਵੀ ਮੰਗਦੇ ਤੇ ਜਾਣੇ ਅਣਜਾਣੇ ਨਹੀਂ ਮੈਂ ਮੈਂ ਇਹ ਮੈਂ ਆਮ ਰੁਟੀਨ ਦੀ ਗੱਲ ਕਰਦਾ ਪਰ ਜਿਹੜੀ ਉਹ ਮਾਫੀ ਮੰਗੀ ਗਈ ਮੈਂ ਇਹ ਇਹ ਮਾਫੀ ਜਿਹੜੀ ਆ ਇੱਕ ਇੱਕ ਸਿਖਰ ਨਹੀਂ ਆਗੀ ਕਿਉਂਕਿ ਮੈਂ ਇੱਕ ਬੜਾ ਛੋਟਾ ਜਿਹਾ ਸਿਸਟਮ ਦੇ ਵਿੱਚ ਛੋਟਾ ਜਿਹਾ ਬੰਦਾ ਹਾਂ ਪਰ ਮੈਨੂੰ ਇਹ ਗੱਲ ਲੱਗ ਰਹੀ ਹੈ ਕਿ ਇਹ ਜਿਹੜੀ ਅੱਜ ਕੱਲ੍ਹ ਉਠਾਈ ਜਾ ਰਹੀ ਹੈ ਦੇਖੋ ਹੁਣ ਪਾਸੇ ਹੋ ਕੇ ਇਹ ਗੱਲ ਉਠਾਈ ਜਾ ਰਹੀ ਹੈ ਜਿੰਨੇ ਗੱਲ ਠਾਉਣ ਵਾਲੇ ਨੇ ਜਾਂ ਜਿਹੜੇ ਕਾਲ ਤਖਤ ਸਾਹਿਬ ਤੇ ਗਏ ਨੇ ਉਹਨਾਂ ਦਾ ਕਾਲ ਤੱਕ ਸਭ ਤੇ ਜਾਣਾ ਉਹਨਾਂ ਦਾ ਅਧਿਕਾਰ ਹੈ ਤੇ ਉਹਨਾਂ ਦੇ ਲਈ ਸਤਕਾਰ ਹੈ ਜੇ ਉਹ ਆਪਣੀ ਸੱਚੀ ਭਾਵਨਾ ਨਾਲ ਗਏ ਆ ਕਿ ਹਾਂ ਜੀ ਸਤੋਂ ਜਦੋਂ ਗਲਤੀਆਂ ਹੋਈਆਂ ਸੀ ਭਾਵੇਂ ਗਲਤੀਆਂ ਦਰ ਗਲਤੀਆਂ ਦੇਖੋ ਕੋਈ ਵਕਫਾ ਦਿੱਤ ਕੋ ਨਾ 17 ਵਿੱਚ 19 ਵਿੱਚ 22 ਵਿੱਚ 24 ਵਿੱਚ ਸਾਰੇ ਲੋਕ ਇਸੇ ਹੀ ਪਾਰਟੀ ਦੇ ਪਲੇਟਫਾਰਮ ਤੇ ਤੇ ਇਸੇ ਹੀ ਪ੍ਰਧਾਨ ਦੇ ਅੰਦਰ ਜਿਹੜੀਆਂ 4-5 ਇਲਕਸ਼ਨਾ ਕਟੀਆਂ ਉਹਨਾਂ ਨੇ ਲੜੀਆਂ ਤੇ ਉਦੋਂ ਦੀ ਜਮੀਰ ਜਾਗੀ ਮੈਂ ਕਹਿੰਦਾ ਫਿਰ ਵੀ ਹੁਣ ਵੀ ਜਮੀਰ ਜਾਗੀ ਤੋ ਸੁੱਚੇ ਮਨ ਨਾਲ ਜਾਣ ਬੜੀ ਚੰਗੀ ਗੱਲ ਆ ਨਹੀਂ ਤੇ ਪ੍ਰਧਾਨ ਸਾਹਿਬ ਦੀ ਜਮੀਰ ਨਹੀਂ ਜਾਗਦੀ ਨਹੀਂ ਮੈਂ ਮੈਂ ਦੱਸ ਰਿਹਾ ਉਹ ਸਵਾਲ ਕਰਦੇ ਮੈਂ ਉੱਥੇ ਹੀ ਲੈ ਆ ਰਿਹਾ ਮੈਂ ਉੱਥੇ ਹੀ ਲੈ ਰਿਹਾ ਵੀ ਇੰਨਾ ਸਾਰੇ ਭਰਾਵਾਂ ਦੀ ਜਮੀਰ ਪਹਿਲਾਂ ਨਹੀਂ ਜਾਗੀ ਇਹ ਗੱਲ ਆਮ ਤੌਰ ਤੇ ਕਹਿੰਦੇ ਆ ਨਾ ਕਿ ਜ਼ੁਲਮ ਕਰਨ ਵਾਲਾ ਵੀ ਮਾੜਾ ਤੇ ਜ਼ੁਲਮ ਸਹਿਣ ਵਾਲਾ ਵੀ ਮਾੜਾ ਤੁਸੀਂ ਮੈਨੂੰ ਦੱਸੋ ਕਿ ਇੰਨੀ ਦੇਰ ਤੁਸੀਂ ਕਿਵੇਂ ਸਹਿਣ ਕੀਤਾ ਤੇ ਅੱਜ ਥੋੜੀ ਜਦੋਂ ਅਕਾਲੀ ਦਲ ਦਾ 24 ਦੇ ਵਿੱਚ ਅਕਾਲੀ ਦਲ ਦੀ ਹਾਰ ਹੁੰਦੀ ਆ ਤੇ ਮਹੀਨੇ ਦੇ ਅੰਦਰ ਥੋੜੀ ਸਭ ਦੀ ਜਮੀਰ ਜਾਗ ਜਾਂਦੀ ਹੈ ਠੀਕ ਹੈ ਨਾ ਹੁਣ ਮੈਂ ਇਹ ਇਹ ਗੱਲ ਕਲੀਅਰ ਕਰਦਾ ਕਿ ਉਹਨਾਂ ਦਾ ਜਾਣ ਤੋਂ ਬਾਅਦ ਜਿਹੜਾ ਇੱਕ ਨਵੀਂ ਗੱਲ ਸਾਹਮਣੇ ਦੇਖਣ ਚਾਹੀ ਉਹ ਕਹਿੰਦੇ ਆ ਗਲਤੀਆਂ ਹੋਈਆਂ ਅਸੀਂ ਉਸ ਨਾਲ ਸੀ ਪਰ ਇਹ ਸਾਰੀਆਂ ਗਲਤੀਆਂ ਦਾ ਜ਼ਿੰਮੇਵਾਰ ਫਲਾਣਾ ਬੰਦਾ ਜੀ ਕਾਲੀਦ ਲਾਲ ਦਾ ਪ੍ਰਧਾਨ ਉਹਨਾਂ ਦੇ ਮਨ ਚ ਇਹ ਆ ਕਿ ਮੈਂ ਅਸੀਂ ਅਸੀਂ ਇਹਨੂੰ ਢਾਉਣਾ ਅਸੀਂ ਪਾਰਟੀ ਨੂੰ ਰੀਫੇਮ ਕਰਨਾ ਪਰ ਮੈਂ ਹੁਣ ਦੱਸਣਾ ਚਾਹੁੰਨਾ ਕਿ ਇਹ ਸਾਰੇ ਬੰਦੇ ਸਲਾਹਕਾਰ ਸੀਗੇ ਕੋਰ ਕਮੇਟੀ ਚ ਸੁਖਬੀਰ ਜੀ ਦੇ ਸੱਜੇ ਖੱਬੇ ਸਾਰੇ ਬੈਠਦੇ ਸੀ ਜਦੋਂ ਅਸੀਂ ਜਾਣੇ ਆ ਦਰਵਾਜ਼ਾ ਬੰਦ ਆ ਜੀ ਅੰਦਰ ਬੈਠੇ ਨੇ ਮੀਟਿੰਗ ਚੱਲ ਰਹੀ ਹੈ ਮੀਟਿੰਗ ਚ ਕੌਣ ਆ ਜੀ ਸਾਡੇ ਚੰਦੂ ਮਹਿਰਾ ਸਭ ਬੈਠੇ ਆ ਮਲੂਕਾ ਸਾਹਿਬ ਬੈਠੇ ਆ ਸਾਡੇ ਫਲਾਣੇ ਬੈਠੇ ਆ ਬੀਬੀ ਜੀ ਬੈਠੇ ਆ ਸਾਰੇ ਉੱਥੇ ਮੀਟਿੰਗ ਚੱਲ ਰਹੀ ਹੈ ਮੀਟਿੰਗ ਹੋ ਰਹੀ ਹੈ ਜੀ ਉਹਨਾਂ ਨੇ ਸਲਾਹ ਦਿੱਤੀ ਕਿ ਅਸੀਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਆਵਾਮ ਦੀ ਏਕਵਾਜ਼ ਸੀ ਸਾਡੇ ਅਸੀਂ ਸਮਝਦੇ ਹਾਂ ਕਿ ਪਿਛਲੇ ਸਮੇਂ ਜਿਹੜੀਆਂ ਗਲਤੀਆਂ ਕੀਤੀਆਂ ਉਸ ਦੱਖਮੇਜਾ ਅਸੀਂ ਭੁਗਤਿਆ ਰਾਸੀ ਤੌਰ ਤੇ ਅਸੀਂ ਡਾਊਨ ਗਏ ਉਹ ਜਦੋਂ ਅੱਜ 7 ਸਾਲ ਬਾਅਦ ਇਹ ਗੱਲ ਤਾ ਜ਼ਰੂਰ ਸਾਹਮਣੇ ਆਈ ਕਿ ਇਸ ਵਿੱਚ ਅਕਾਲੀ ਦਲ ਸ਼ਾਮਲ ਨਹੀਂ ਸੀ ਪਰ ਇਹ ਰੰਝ ਜ਼ਰੂਰ ਹੈ ਕਿ ਅਸੀਂ ਉਸ ਸਮੇਂ ਸਜ਼ਾਵਾਂ ਨਹੀਂ ਦੇ ਸਕੇ ਭਾਵੇਂ ਉਹਦੇ 'ਚ ਅਕਾਲੀ ਦਲ ਆਪਣੀ ਕੋਈ ਦਲੀਲ ਦਿੰਦਾ ਪਰ ਮੈਂ ਉਸ ਦਲੀਲ ਨੂੰ ਇੰਪੋਰਟੈਂਟ ਨਹੀਂ ਮੰਨਦਾ ਇਸ ਕਰਕੇ ਅੱਜ ਅਸੀਂ ਇੱਥੇ ਖੜੇ ਹਾਂ ਜਿਹੜਾ ਸਿੱਖ ਹਵਾਵਾਂ ਉਹਦੇ ਮਨ ਦੇ ਵਿੱਚ ਰਖਿਆਲ ਹੈ ਸਭ ਨੇ ਬਹੁਤ ਵੱਡੀ ਗੱਲ ਕਹਿ ਰਹੇ ਹਾਂ ਮੈਂ ਵੱਡੀ ਗੱਲ ਹੈ ਜੀ ਇਸ ਕੋਈ ਸ਼ੱਕ ਨਹੀਂ ਜਿਹੜੀ ਗੱਲ ਹੈ ਸਾਰੇ ਲੀਡਰ ਕਿਉਂ ਨਹੀਂ ਮੰਨਦੇ ਪੇ ਫਿਰ ਨਹੀਂ ਮੰਨਦਾ ਨਾ ਇਹ ਮੰਨਦੇ ਉਸ ਤੋਂ ਬਾਅਦ ਫਿਰ ਸਾਰਿਆਂ ਨੇ ਬਣਾਇਆ ਕਿ ਸਾਨੂੰ ਮਾਫੀ ਮੰਗਣੀ ਚਾਹੀਦੀ ਹੈ ਇਹ ਜਿਹੜੀ ਆਵਾਮ ਦੇ ਅੰਦਰ ਇੱਕ ਸਾਡੇ ਲਈ ਰੋਸ ਹੈ ਤੇ ਉਹ ਮਾਫੀ ਸਾਰਿਆਂ ਨੇ ਪ੍ਰੋਗਰਾਮ ਬਣਾ ਕੇ ਮਾਫੀ ਮੰਗੀ ਤੇ ਭਾਈ ਗਰਵਖ ਸਿੰਘ ਜੀ ਦੇ ਸੀਧੀ ਸਥਾਨ ਤੇ ਖੜਕੇ ਇਹ ਸਾਰੇ ਚੰਦੂ ਮਾਜਰਾ ਸਾਹਿਬ ਵੀ ਨਾਲ ਸੀ ਮਲੂਕਾ ਸਾਹਿਬ ਵੀ ਨਾਲ ਸੀ ਆ ਜਿੰਨੇ ਸਾਡੇ ਹੋਰ ਜਿੰਨੇ ਨਾਮ ਲੈਣ ਲਗਾ ਲੰਬਾ ਹੋ ਜਾਊਗਾ ਗੱਲ ਮਤਲਬ ਟਾਈਮ ਉਹ ਚ ਖਰਾਬ ਨਹੀਂ ਕਰਨਾ ਇਹ ਸਾਰੇ ਨਾਲ ਸੀ ਤੇ ਅਰਦਾਸ 'ਚ ਖੜੇ ਸੀ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਣੇ ਬਾਈਟ ਵੀ ਦਿੰਦੇ ਆ ਲੋਕਾਂ ਵਿੱਚ ਇਹ ਗੱਲ ਕਰਦੇ ਕਿ ਜਿਹੜੀ ਮਾਫੀ ਮੰਗੀ ਬੜੀ ਚੰਗੀ ਆ ਹੁਣ ਢੀਰ ਸਾਹਿਬ ਨੇ ਏਡੀ ਬੇਬਾਕੀ ਨਾਲ ਗੱਲ ਕਹੀ ਵੀ ਬਹੁਤ ਚੰਗਾ ਹੋਇਆ ਜੀ ਭਾਵੇਂ ਉਹ ਉਦੋਂ ਵਿਰੋਧ 'ਚ ਖੜੇ ਸੀ ਸਮਝੌਤੇ 'ਚ ਨਹੀਂ ਸੀ ਇਕੱਠੇ ਨਹੀਂ ਸੀ ਹੋਏ ਆਪਣਾ ਵਿੰਗ ਚਲਾ ਰਹੇ ਸੀ ਆਪਣਾ ਧੜਾ ਚਲਾ ਰਹੇ ਸੀ ਉਦੋਂ ਵੀ ਪਰਮਿੰਦਰ ਸਿੰਘ ਢੀਰ ਸਾਹਿਬ ਬੋਲ ਰਿਹਾ ਉਦੋਂ ਵੀ ਚੰਦੂ ਮਾਜਰਾ ਬੋਲ ਰਿਹਾ ਉਦੋਂ ਬੀਬੀ ਜਗੀਰ ਕੌਰ ਬੋਲ ਰਹੀ ਆ ਬਹੁਤ ਚੰਗਾ ਹੋ ਗਿਆ ਜੀ ਮੇਰੇ ਕੋ ਵੀਡੀਓਜ਼ ਆ ਮੈਂ ਤੁਹਾਨੂੰ ਭੇਜ ਦਿੰਨਾ ਉਹ ਉਦੋਂ ਤਾਂ ਕਹਿੰਦੇ ਬਿਲਕੁਲ ਠੀਕ ਆ ਉਹਨਾਂ ਦੇ ਕਹਿਣ ਤੇ ਇਹ ਕੁਝ ਹੋਇਆ ਸੀ ਅੱਜ ਕਹਿੰਦੇ ਜੀ ਇਹ ਸਹੀ ਮਰ ਤੇ ਅਸੀਂ ਜਰੂਰ ਇਹ ਇਸ ਦੀ ਹੋਰ ਬਿਹਤਰੀ ਦੱਸ ਦੇ ਤੇ ਤੁਸੀਂ ਫਿਰ ਤੁਸੀਂ ਫਿਰ ਇੱਕ ਅਪੀਲ ਤਾਂ ਕਰ ਸਕਦੇ ਹੋ ਨਾ ਕਰਿਓ ਸਰ ਨਹੀਂ ਨਹੀਂ ਮੈਂ ਦੱਸ ਤੁਹਾਨੂੰ ਪੰਥਕ ਰੋ ਰੀਤਾ ਸਾਰੀਆਂ ਪਤਾ ਕਰਿਓ ਸਰ ਤੁਸੀਂ ਇੱਕ ਅਪੀਲ ਕਰ ਦਿਓ ਜਗਦਰ ਸਾਹਿਬ ਨੂੰ ਕਿ ਤੁਸੀਂ ਗੁਰਮਤਾ ਜਾਰੀ ਕਰ ਦਿਓ ਨਹੀਂ ਨਹੀਂ ਮੈਂ ਦੱਸ ਮੇਰੀ ਸੁਣੋ ਨਾ ਗੁਰਮਤਾ ਜਾਰੀ ਉਹਦੀ ਬਾਤ ਕਰਦੇ ਪਰ ਮੈਂ ਅੱਜ ਹੱਥੋਂ ਪਹਿਲਾਂ ਦਾ ਫੈਸਲਾ ਕਰੀਏ ਕਿ ਜਿਹੜੇ ਲੋਕ ਅੱਜ ਸਵਾਲ ਕਰਦੇ ਆ ਉਹ ਲੋਕਾਂ ਦੀ ਅਸਲ ਮਨਚਾ ਕੀ ਹੈ ਜੇ ਜੇ ਉਹਨਾਂ ਦੀ ਮਨਸ਼ਾ ਮਾਫੀ ਮੰਗਣਾ ਤੇ ਉਹ ਮਾਫੀ ਮੰਗ ਰਿਹਾ ਸਾਡੇ ਲਈ ਮਨ ਸਤਕਾਰ ਹੈ ਜੇ ਉਹ ਅਕਾਲ ਤਖਤ ਦੇ ਸਾਹਮਣੇ ਖੜ ਕੇ ਇੱਕ ਰਾਜਨੀਤੀ ਕਰ ਰਿਹਾ ਤੇ ਫਿਰ ਜਿਹੜਾ ਆਵਾਮ ਆ ਉਹ ਸਮਝ ਚੁੱਕਿਆ ਇਸ ਗੱਲ ਨੂੰ ਹੁਣ ਮਲੂਕਾ ਸਾਹਿਬ ਦੀ ਗੱਲ ਕਰਦੇ ਹੁਣ ਮਲੂਕਾ ਸਾਹਿਬ ਕਹਿੰਦੇ ਕਿ ਮੈਂ ਅਕਾਲੀ ਦਰ ਨੂੰ ਮਜ਼ਬੂਤ ਕਰਨਾ ਚਾਹੁੰਦਾ ਕਿਹੜੇ ਅਕਾਲੀ ਦਰ ਨੂੰ ਮਜ਼ਬੂਤ ਕਰਨਾ ਚਾਹੁੰਦੇ ਆਪਣਾ ਪੁੱਤ ਹੋਰ ਆਪਣੀ ਨੂੰਹ ਜਿਹੜੀ ਆ ਉਹ ਭਾ ਜੀਪੀ ਚ ਭੇਜੀ ਤੀ ਆਪ ਉਹ ਦੋ ਦਿਨ ਪਹਿਲਾਂ ਗੁਣਗਾਨ ਕਰਦੇ ਨੇ ਮੋਦੀ ਸਾਹਿਬ ਦਾ ਕਿ ਮੋਦੀ ਸਾਹਿਬ ਤੋਂ ਬਿਨਾਂ ਸਾਡਾ ਦੇਸ਼ ਨਹੀਂ ਚੱਲ ਸਕਦਾ ਪੰਜਾਬ ਨਹੀਂ ਚੱਲ ਸਕਦਾ ਸਿੱਖੀ ਪ੍ਰਫੁੱਲਤ ਨਹੀਂ ਹੋ ਸਕਦੀ ਤੇ ਅਸੀਂ ਇੱਥੇ ਬੈਠ ਕੇ ਕਹਿੰਦੇ ਹਾਂ ਜੀ ਅਸੀਂ ਕਾਲੀਦਾਨ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਾਂ ਹੁਣ ਬੀਬੀ ਜੀ ਗੀਰ ਕੌਰ ਜੀ ਮੇਰੇ ਸਤਿਕਾਰਯੋਗ ਆ ਮੈਂ 2 ਸਾਲ ਉਹਨਾਂ ਦੇ ਨਾਲ ਕੰਮ ਕੀਤਾ ਮੈਂ ਆਪਣਾ ਬਹੁਤ ਵਧੀਆ ਕੰਮ ਕੀਤਾ ਤੇ ਹੁਣ ਬੀਬੀ ਜੀ ਜਦੋਂ ਐਸ ਕੀ ਤੋਂ ਪਿਛਲੇ ਇਲੈਕਸ਼ਨ ਚਾਉਂਦੇ ਆ ਤੇ ਉਹ ਬੀਜੇਪੀ ਦੇ ਘੋੜੇ ਤੇ ਚੜ ਕੇ ਆਉਂਦੇ ਆ ਤੇ ਉਹ ਸਾਰਿਆਂ ਨੂੰ ਦੁਨੀਆ ਨੂੰ ਪਤਾ ਇਸ ਗੱਲ ਦਾ ਅੱਜ ਕਹਿੰਦੇ ਜੀ ਆਪਾਂ ਕਾਲੀਦਲ ਮਜ਼ਬੂਤ ਸਰ ਚਲੋ ਮੈਂ ਮੈਂ ਉਹ ਸਵਾਲ ਮੈਂ ਬਾਅਦ ਚ ਪੁੱਛ ਲੂਗਾ ਗੁਰਮਤਵਾਲਾ ਨਹੀਂ ਭਾਜਪੀ ਦਾ ਕੋੜਾ ਲੈ ਕੇ ਕੋਣ ਆਇਆ ਸੀ ਸਰ ਪੰਜਾਬ ਚ ਨਹੀਂ ਨਹੀਂ ਦੇਖੋ ਭਾਜਪੀ ਦਾ ਕੋੜਾ ਇਸ ਕਰਕੇ ਆਇਆ ਸੀ ਕਿ ਕਾਂਗਰਸ ਜਿਹੜੀ ਕੀ ਕੇਂਦਰ ਦੇ ਅੰਦਰ ਇੱਕ ਸਥਾਪਿਤ ਪਾਰਟੀ ਸੀ ਕਾਂਗਰਸ ਨੇ ਜੋ ਸਾਡੇ ਨਾਲ ਕੀਤਾ ਉਹ ਬਹੁਤ ਮਾੜਾ ਸੀ ਕਾਂਗਰਸ ਦੇ ਖਿਲਾਫ ਜਿਹੜੀ ਵੀ ਧਿਰ ਹੋਊਗੀ ਉਸ ਧਿਰ ਦੇ ਵਿੱਚ ਅਸੀਂ ਸੋਚਿਆ ਕਿ ਇਹ ਧਿਰ ਜਿਹੜੀ ਆ ਕਾਂਗਰਸ ਨੂੰ ਮਾਰਨ ਵਾਸਤੇ ਕਿਉਂਕਿ ਪੰਜਾਬ ਇੱਕ ਐਸੀ ਸਟੇਟ ਸੀ ਜਿੱਦੇ ਨਾਲ ਵਿਤਕਰੇ ਹੋ ਰਹੀ ਸੀ ਅਸੀਂ ਸੋਚਿਆ ਕਿ ਕੇਂਦਰ 'ਚ ਕਿਸੇ ਨਾ ਕਿਸੇ ਨਾਲ ਸਾਂਝ ਬਣਾਈਏ ਜਿਹੜੀ ਕਾਂਗਰਸ ਦੇ ਖਿਲਾਫ ਹੋਵੇ ਤੇ ਪੰਜਾਬ ਲਈ ਅਸੀਂ ਕੋਈ ਰਾਹਤ ਲੈ ਕੇ ਆਈਏ ਅਸੀਂ ਲੈ ਕੇ ਵੀ ਆਏ ਤੁਸੀਂ ਦੇਖੋ ਕਿ ਕਾਂਗਰਸ ਨੇ ਜਿਹੜੇ ਕੇਸ ਦਿੱਲੀ ਕਤਲਿਆਮ ਦੇ ਦਬਤੇ ਉਹਨਾਂ ਦੇ ਮਿੱਟੀ ਝਾੜ ਕੇ ਅਸੀਂ ਉਸ ਨੂੰ ਦੁਬਾਰਾ ਖਲਾਏ ਅੱਜ ਸਜਨ ਕੁਮਾਰ ਅੰਦਰ ਕਿਵੇਂ ਆ ਅੱਜ ਜਗਦੀਸ਼ ਟੈਟਰ ਅਦਾਲਤਾਂ ਦੇ ਮੋੜ ਕੇ ਜਿਹੜੇ ਕਿਉਂ ਕੱਢਣ ਲੱਗ ਗਿਆ ਇਹ ਸਾਰੀਆਂ ਗੱਲਾਂ ਹੋਈਆਂ ਲਾਂਘੇ ਦੀ ਗੱਲ ਕਰਦੇ ਹੋਈਆਂ ਪਰ ਅੱਜ ਜਦੋਂ ਉਹਨਾਂ ਨੇ ਇਸ ਗੱਲ ਤੇ ਸਿੱਖਾਂ ਦੇ ਨਾਲ ਵਿਤਕਰਾ ਜਿਹੜਾ ਵਾ ਵਧਾਤਾ ਸ਼ਰੋਨੀ ਕਮੇਟੀ ਕਬਜ਼ੇ ਚ ਕਰ ਲਈ ਸ਼ਰੋਨੀ ਗੋੜੀ ਤੋੜਤੀ ਦਿੱਲੀ ਕਮੇਟੀ ਕਬਜ਼ਾ ਹਾ ਕਿਨਾ ਹਯੂਰ ਸਾਹਿਬ ਆ ਪੜਨਾ ਸਾਹਿਬ ਸਾਡੇ ਚ ਦਖਲ ਆਉਣ ਲੱਗੇ ਤਾਂ ਫਿਰ ਅਸੀਂ ਇਹ ਗੱਲ ਉਹਨਾਂ ਨੂੰ ਕਿਹਾ ਵੀ ਤੁਹਾਡੀ ਤੇ ਸਾਡੀ ਇਸ ਗੱਲ ਚ ਨਹੀਂ ਬਣ ਸਕਦੀ ਤੇ ਇਹ ਗੱਲ ਵੀ ਵੇਖੋ ਇਸ ਸਮੇਂ ਸਾਹਮਣੇ ਆ ਗਈ ਆ ਕਿ ਸਾਡਾ ਬੀਜੇਪੀ ਨਾਲ ਸਮਝੌਤਾ ਨਾ ਕਰਨ ਕਰਕੇ ਬੀਜੇਪੀ ਨੇ ਸਾਡੇ ਜਿਹੜੇ ਕਹਿੰਦੇ ਪ੍ਰਭਾਵੀ ਲੋਕ ਸੀ ਜਿਹੜੇ ਬੀਜੇਪੀ ਨਾਲ ਸਾਹਣ ਗਣ ਰੱਖਦੇ ਸੀ ਕਨੈਕਸ਼ਨ ਰੱਖਦੇ ਸੀ ਤਾਰਾਂ ਜੋੜ ਕੇ ਰੱਖਦੇ ਸੀ ਉਹਨਾਂ ਨੂੰ ਇੱਕ ਗੱਠਜੋੜ ਬਣਾ ਕੇ ਇਕਾਲਤਕ ਸਭ ਭੇਜਿਆ ਜਿਹੜਾ ਕਿ ਨਸ਼ਰ ਹੋ ਚੁੱਕਿਆ ਇਹ ਵੀ ਇੱਕ ਗੱਲ ਜਿਹੜੀ ਹੈ ਅੱਜ ਸਾਹਮਣੇ ਆ ਗਈ ਆ ਮੈਂ ਆਵਾਮ ਨੂੰ ਬਾਹਰ ਬੈਠੇ ਤੁਹਾਡੇ ਸਾਡੇ ਭਰਾਵਾਂ ਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਅੱਜ ਇੱਕ ਐਸਾ ਮੋੜ ਆਇਆ ਜਿਹੜਾ ਕਿ ਅਕਾਲੀ ਦਲ ਸਹੀ ਪੰਥਕ ਲੀਹਾਂ ਤੇ ਚੱਲ ਪਿਆ ਮੋੜ ਤੋਂ ਜਿਹੜਾ ਇਸ ਗੱਲ ਲਈ ਸਾਨੂੰ ਨਾਲ ਖੜਨਾ ਚਾਹੀਦਾ ਤੇ ਇਕਾਲੀ ਦਲ ਦੀਆਂ ਇਹ ਜਿਹੜੀਆਂ ਨੀਤੀਆਂ ਵਾਂ ਇਹਦਾ ਸਾਨੂੰ ਸਮਰਥਨ ਕਰਨਾ ਚਾਹੀਦਾ। ਫਿਰ ਤੁਸੀਂ ਇਹ ਡਿਮਾਂਡ ਕਰ ਲੋ ਵੀ ਉਹਨਾਂ ਨੂੰ ਸਜ਼ਾ ਸੁਣਾ ਦਿਓ ਜੇ ਤੁਹਾਨੂੰ ਲੱਗਦਾ ਕਿ ਬੀਜੇਪੀ ਦੇ ਘੋੜੇ 'ਤੇ ਸਵਾਰ ਸਾਰੇ। ਨਹੀਂ ਨਹੀਂ ਸਜ਼ਾ ਸਜ਼ਾ ਦੇਖੋ ਇੱਕ ਇੱਕ ਤਾਂ اخلاقی ਤੌਰ ਤੇ ਹੀ ਹੁੰਦੀ ਆ ਕਿ ਜੇ ਤੁਹਾਡੇ ਮਨ 'ਚ ਬੇਈਮਾਨੀ ਆ ਉਹ ਨਸ਼ਰ ਹੋ ਗਈ। ਤੁਸੀਂ ਕਹਿੰਦੇ ਵੀ ਸਾਡੂ ਤੁਸੀਂ ਇਸ ਬਾਬਤ ਕਿਉਂ ਨਹੀਂ ਬੋਲਦੇ ਭੀਜੇ ਤੁਹਾਨੂੰ ਲੱਗਦਾ ਵੀ ਉਹ ਕਿਸੇ ਹੋਰ ਦੀ ਚੁੱਕ ਚਾ ਕੇ ਇੱਥੇ ਤੱਕ ਪਹੁੰਚੇ ਆ। ਤੁਸੀਂ ਸਜ਼ਾ ਦੀ ਡਿਮਾਂਡ ਕਿਉਂ ਨਹੀਂ ਕਰਦੇ? ਸਜ਼ਾ ਸੁਣਾ ਦਿਓ। ਦੇਖੋ ਗੱਲ ਇਹ ਆ ਕਿ ਅਕਾਲ ਤਖਤ ਸਾਹਿਬ ਦਾ ਮੇਰੇ ਵਰਗਾ ਬੰਦਾ ਮੈਂ ਤਾਂ ਕਹਿੰਦਾ ਅਕਾਲੀ ਦਰ ਦਾ ਪ੍ਰਧਾਨ ਵੀ ਨਹੀਂ ਇਸ ਬਾਰੇ ਬੋਲ ਸਕਦਾ ਸ਼੍ਰੋਣੀ ਕੁਟੇ ਦਾ ਪ੍ਰਧਾਨ ਵੀ ਨਹੀਂ ਬੋਲ ਸਕਦਾ ਗੁਰਮਤਾ ਜਾਰੀ ਕਰਨਾ ਚਾਹੀਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਇਹ ਪ੍ਰੈਰੋਗੇਟਿਵ ਆ ਉਹਨਾਂ ਦੇ ਅਧਿਕਾਰ ਖੇਤਰ ਦੀ ਗੱਲ ਆ ਉਹ ਜਿਹੜਾ ਕੁਝ ਚੰਗਾ ਹੋਏਗਾ ਉਹ ਕਰਨਗੇ ਤੇ ਉਹ ਇਹੋ ਜੀ ਕੋਈ ਗੱਲ ਨਹੀਂ ਕੀ ਉਹ ਚੁੱਪ ਕਰਕੇ ਬੈਠ ਜਾਣਗੇ ਕਰਨਾ ਚਾਹੀਦਾ ਉਹਨਾਂ ਨੂੰ ਗੁਰਮਤਾ ਜਾਰੀ ਕਰਨਾ ਚਾਹੀਦਾ ਨਹੀਂ ਦੇਖੋ ਅਸੀਂ ਅਸੀਂ ਦੇਖੋ ਮੈਂ ਇੱਕ ਜਾਤੀ ਤੌਰ ਤੇ ਜਿੱਥੇ ਕਾਲੀ ਹਾਂ ਉੱਥੇ ਫੈਡਰੇਸ਼ਨ ਦਾ ਇੱਕ ਮੈਨ ਲੋ ਕਹ ਲੋ ਸਰ ਪ੍ਰਸਤਾ ਅਸੀਂ ਹਫਤਾ ਪਹਿਲਾਂ ਇਸ ਮਾਮਲੇ ਤੋਂ ਹਫਤਾ ਪਹਿਲਾਂ ਅਸੀਂ ਗਏ ਸੀ ਅਸੀਂ ਇਹ ਬੇਨਤੀ ਕੀਤੀ ਸੀ ਕਿ ਕਾਲ ਤੱਕ ਸਾਹਿਬ ਨੂੰ ਅੱਜ ਦੀ ਤਰੀਖ ਕਿਉਂਕਿ ਕਾਲੀ ਦਲ ਜਿਹੜਾ ਵਾ ਉਹ ਕਮਜ਼ੋਰ ਹੋ ਗਿਆ ਤੇ ਇਸ ਮੌਕੇ ਤੇ ਹਮਲੇ ਹੋ ਗਏ ਸਾਡੇ ਤੇ ਪਾਣੀਆਂ ਦਾ ਹਮਲਾ ਹੋਣ ਜਾ ਰਿਹਾ ਸਾਰੀਆਂ ਜਿਵੇਂ ਪਹਿਲਾਂ ਪਾਰਟੀਆਂ ਦਾ ਨਾਂ ਲਿਆ ਇਹ ਸਾਰੇ ਜਾਣੇ ਇੱਕ ਸੂਰੋ ਕੇ ਪੰਜਾਬ ਨੂੰ ਮਾਰਨਾ ਚਾਹੁੰਦੇ ਆ ਤੇ ਅਸੀਂ ਜਗਦਰ ਸਾਹਿਬ ਨੂੰ ਇੱਕ ਅਪੀਲ ਕੀਤੀ ਸੀ ਕਿ ਇਹਨਾਂ ਲੋਕਾਂ ਨੂੰ ਜਿਹੜੇ ਆਪਣੇ ਉਹਨੂੰ ਪੰਥਕ ਕਹਿੰਦੇ ਆ ਜਿਹੜੇ ਆਪਣੇ ਉਹਨੂੰ ਕਾਲੀ ਕਹਿੰਦੇ ਆ ਜਿਹੜੇ ਕਹਿੰਦੇ ਪੰਜਾਬ ਦੇ ਵਾਰਿਸ ਆ ਅਸੀਂ ਉਹਨਾਂ ਨੂੰ ਇਹ ਗੱਲ ਕਹੋ ਕਿ ਇੱਕ ਨੁਕਾਤੀ ਜਾਂ ਦੋ ਨੁਕਾਤੀ ਤਿੰਨ ਨੁਕਾਤੀ ਪ੍ਰੋਗਰਾਮ ਬੰਦੀ ਸਿੰਘਾਂ ਦਾ ਸ਼ਰੋਣੀ ਕਮੇਟੀ ਦੇ ਨੂੰ ਤੋੜਨ ਦਾ ਇਹ ਦੋ ਤਿੰਨ ਮੁੱਦਿਆਂ ਤੇ ਇਹ ਸਾਰਿਆਂ ਨੂੰ ਇਕੱਠੇ ਕਰਕੇ ਇਸ ਫਰੰਟ ਤੇ ਇੱਕ ਲੜਾਈ ਲੜੀ ਜਾਵੇ ਅਸੀਂ ਕਿਹਾ ਵੀ ਇਹਦਾ ਮਤਲਬ ਕੀ ਆ ਵੀ ਉਹਦੀ ਸੋਚ ਆ ਉਹ ਇਕੱਠੀ ਹੋ ਗਈ ਲੈਕਸ਼ਨਾ 2.5 ਸਾਲ ਨੂੰ ਪੰਥਕ ਇਕਤਾ ਦੀ ਗੱਲ ਕਰਦੇ ਪਏ ਤੁਸੀਂ ਉਹ ਪੰਥਕ ਪੰਥਕ ਇਕਾ ਨੂੰ ਮੈਂ ਇਹ ਨਹੀਂ ਕਹੂੰਗਾ ਕਿ ਸਾਰੇ ਬੰਦੇ ਇੱਕ ਕਾਲੀਦਾ ਜਮਰਜ ਹੋ ਜਾਣਗੇ ਨਹੀਂ ਹੁੰਦਾ ਏ ਐਵੇਂ ਇਸ ਗੱਲ ਦਾ ਰਸਾ ਸੋ ਮੈਂ ਥੋੜਾ ਬ੍ਰੇਕ ਲਾ ਕੇ ਵਾਪਸ ਆ ਰਿਹਾ ਬਹੁਤ ਸਾਰੇ ਸਵਾਲ ਆ ਪੁੱਛੂਗਾ ਜ਼ਰੂਰ ਗੁਰਚੰਦ ਸਿੰਘ ਗਰੇਵਾਲ ਸਾਡੇ ਨਾਲ ਹੈ ਇੱਕ ਹੋਰ ਫਿਰ ਤੁਹਾਡਾ ਸਵਾਗਤ ਕਰਦੇ ਆ ਗੁਰਚੰਦ ਸਿੰਘ ਗਰੇਵਾਲ ਸਾਡੇ ਨਾਲ ਨੇ ਗਰੇਵਾਲ ਸਾਹਿਬ ਲੋਕ ਤੁਹਾਡੇ ਨਾਲ ਨੇ ਦੇਖੋ ਜੀ ਲੋਕ ਸਾਡੇ ਤੋਂ ਦੂਰ ਕਿੱਦਾਂ ਚਲੇ ਆਣਗੇ ਅਸੀਂ ਅਸੀਂ ਕਿਉਂ ਕਟ ਗਿਆ ਵੋਟ ਸ਼ੇਰ ਤੇ ਕਈ ਕਾਰਨ ਹੋ ਜਾਂਦੇ ਆ ਦੇਖੋ ਅੱਜ ਦੀ ਤਰੀਕ ਦੇ ਵਿੱਚ ਮੈਂ ਪਹਿਲਾਂ ਜਿਹੜੀ ਗੱਲ ਕੀਤੀ ਸੀ ਕਿ ਕਾਲੀ ਦਲ ਨੇ ਜਿਹੜਾ ਫੈਸਲਾ ਲਿਆ ਪੰਥਕ ਸੋਚ ਦਾ ਫੈਸਲਾ ਲਿਆ ਉਹਨੂੰ ਅਸੀਂ ਨਸ਼ਰ ਨਹੀਂ ਕਰ ਸਕੇ ਕਿ ਅਸੀਂ ਇਹ ਨਹੀਂ ਕਹਿ ਸਕੇ ਕਿ ਅਸੀਂ ਬੀਜੇਪੀ ਦੇ ਨਾਲ ਲੋਕਾਂ ਦੇ ਮਨ 'ਚ ਇੱਕ ਵਹਿਮ ਰਹਿ ਗਿਆ ਕਿ ਇਹ ਇਹਨਾਂ ਦੀ ਬੜੀ ਵੱਡੀ ਸਾਂਝ ਰਹੀ ਆ ਵਿਰੋਧੀ ਧਿਰਾਂ ਨੇ ਇਹ ਗੱਲ ਕਹੀ ਆ ਕਿ ਇਕੱਠੇ ਆ ਜੀ ਇਹ ਫਲਾਨਾ ਵਾਂ ਇਹਨਾਂ ਨੇ ਵੋਟ ਪਾਤੀ ਤੇ ਉਧਰ ਚੱਲ ਜਾਣਾ ਕਿਸਾਨਾਂ ਨੇ ਇੱਕ ਆਵਾਜ਼ ਉਠਾਤੀ ਕਿ ਜੇ ਕਿਹਨਾ ਕਾਲੀ ਨੂੰ ਵੋਟ ਪਾਉਣੇ ਤੇ ਮੋਦੀ ਨੂੰ ਜਾਏਗੀ ਇੱਕ ਗੱਲ ਸਾਨੂੰ ਮੰਨਣੀ ਪਵੇਗੀ ਕਿ ਜਿਹੜਾ ਪਿਛਲੇ ਸਮੇਂ 'ਚ ਬੀਜੇਪੀ ਨੇ ਸਿੱਖਾਂ ਨਾਲ ਵਤੀਰਾ ਕੀਤਾ ਸਿੱਖਾਂ ਦੇ ਅੰਦਰ ਬਹੁਤ ਵੱਡਾ ਇੱਕ ਗੁਬਾਰ ਸੀ ਇਸ ਪੰਜਾਬ ਦੇ ਅੰਦਰ ਹਰਿਆਣਾ ਦੇ ਅੰਦਰ ਗੰਗਾ ਨਗਰ ਦਾ ਏਰੀਆ ਸਿੱਖ ਜੱਤੇ ਰਹਿੰਦੇ ਨੇ ਇਹ ਉਹਦਾ ਉਹਦਾ ਨਤੀਜਾ ਵਾ ਸਿੱਖਾਂ ਨੇ ਇਹ ਗੱਲ ਸੋਚੀ ਜਾਂ ਜਿਹੜੇ ਪੰਜਾਬੀਆਂ ਨੇ ਜਾਂ ਕਾਲੀਆਂ ਨੇ ਵੀ ਇਹ ਗੱਲ ਸੋਚੀ ਕਿ ਕਿਤੇ ਜਿਹੜਾ ਮੋਦੀ ਨੂੰ ਹਰਾਉਣਾ ਅੱਜ ਦੇ ਸਮੇਂ 'ਚ ਪਹਿਲਾ ਏਜੰਡਾ ਹੈ ਮੋਦੀ ਦੇ ਹੰਕਾਰ ਨੂੰ ਢਾਉਣਾ ਕਿਹੜਾ ਕੀ ਜਿਸ ਤਰ੍ਹਾਂ ਦਾ ਉਹ ਮਾਹੌਲ ਸੀ ਭਾਵੇਂ ਦੇਸ਼ ਨੇ ਵੀ ਉਹਦੇ ਲਈ ਆ ਬੜਾ ਯੋਗਦਾਨ ਪਾਤਾ ਇਹ ਲੋਕਾਂ ਨੇ ਇਹ ਗੱਲ ਕਹਿਤੀ ਕਿ ਮੋਦੀ ਨੂੰ ਜੇ ਹਰਾਉਣਾ ਜੇ ਅਕਾਲੀ ਦਲ ਦਾ ਕੈਂਡੀਡੇਟ ਨਹੀਂ ਜਿੱਤਦਾ ਕੋਈ ਦਿਖਾਈ ਦਿੰਦਾ ਤਾਂ ਉਹਨਾਂ ਨੇ ਪਹਿਲ ਉਹਨਾਂ ਨੇ ਇਹ ਦਿੱਤੀ ਕਿ ਜਿਹੜੀ ਕਾਂਗਰਸ ਡਟ ਕੇ ਲੜ ਰਹੀ ਆ ਉਹ ਕਾਂਗਰਸ ਨੂੰ ਵੋਟ ਪਾ ਦਿਓ ਸੋ ਮੈਂ ਇਹ ਚਲੋ ਮੈਂ ਇੱਥੇ ਕੋਈ ਇਸ ਨੂੰ ਕੋਈ ਅਕਾਲੀ ਬਚਾਓ ਦੀ ਦੇ ਤੌਰ ਤੇ ਨਹੀਂ ਮੈਂ ਗੱਲ ਕਰ ਰਿਹਾ ਇਹ ਹੋਇਆ ਇਸੇ ਤਰ੍ਹਾਂ ਹੀ ਆ ਇੰਨੇ ਕਾਂਗਰਸੀ ਨਹੀਂ ਆਗੇ ਜੇ ਅਸੀਂ ਗੱਲ ਕਰੀਏ ਉਹ ਵੀ ਸੱਤ ਬੰਦੇ ਜਦ ਨਹੀਂ ਤੇ ਇੰਨੇ ਕਾਲੀ ਵੀ ਘਟਰੀ ਹੈਗੇ ਇਹ ਲੋਕ ਅੱਜ ਵੀ ਆਵਾਜ਼ ਆਉਂਦੀ ਆ ਤੁਸੀਂ ਕਿਸੇ ਵੀ ਕੋਨੇ ਚ ਜਾ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਕਾਲੀ ਭਾਜਪਾ ਭਾਜਪਾ ਲਾਇੰਸ ਨਹੀਂ ਸੀਗਾ ਇਸ ਤਰ੍ਹਾਂ ਕੇ ਕਾਂਗਰਸ ਜਿੱਤ ਗਈ ਲੋਕਾਂ ਦੇ ਮਨ ਦੇ ਵਿੱਚ ਲੋਕ ਨਹੀਂ 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 ਉਹ ਨਹੀਂ ਉਹ ਸੀ ਉਹ ਸੀ ਮਿਥ ਲਿਆ ਸੀ ਕਿ ਅਸੀਂ ਬੀਜੇਪੀ ਦੇ ਨਾਲ ਲਾਇੰਸ ਨਹੀਂ ਕਰਨਾ ਲੋਕਾਂ ਦੇ ਮਨ ਦੇ ਵਿੱਚ ਇੱਕ ਅਸੀਂ ਜਿਹੜਾ ਵਹਿਮ ਸੀ ਉਹਨੂੰ ਅਸੀਂ ਨਿਤਾਰ ਨਹੀਂ ਸਕੇ ਉਹਨੂੰ ਅਸੀਂ ਸਪਸ਼ਟ ਨਹੀਂ ਕਰ ਸਕੇ ਕਿ ਅਸੀਂ ਬੀਜੇਪੀ ਦੇ ਖਿਲਾਫ ਚੱਲ ਰਹੇ ਹਾਂ ਚਲੋ ਸਿਆਸਤ ਵਿੱਚ ਸਰ ਨਾ ਚੰਗੀ ਤਰ੍ਹਾਂ ਇਹ ਕਹਿ ਸਕਦੇ ਹਾਂ ਕਿ ਮਿੱਤਰਤਾ ਪੱਕੀ ਹੈ ਨਾ ਹੀ ਕਹਿ ਸਕਦੇ ਹਾਂ ਕਿ ਜਿਹੜਾ ਵਖਰੇਵਾ ਉਹ ਪੱਕੇ ਤੌਰ ਤੇ ਹੋ ਸਕਦਾ ਪਰ ਤੁਸੀਂ ਕਹਿ ਰਹੇ ਹੋ ਕਿ ਅਸੀਂ ਦੱਸ ਨਹੀਂ ਸਕਦੇ ਅਸੀਂ ਬੀਜੇਪੀ ਨਾਲ ਨਹੀਂ ਜਾਵਾਂਗੇ ਇਹਦੇ ਬਾਬਤ ਕੋਈ ਮਤਾ ਪਾਇਆ ਜਾ ਸਕਦਾ ਵੀ ਅਸੀਂ ਪੱਕੇ ਤੌਰ ਤੇ ਬੀਜੇਪੀ ਨਾਲ ਨਹੀਂ ਜਾਵਾਂਗੇ ਨਹੀਂ ਦੇਖੋ ਜਿਹੜੀ ਜਿਹੜੀ ਇੱਕ ਗੱਲ ਹੋਈ ਮੀਟਿੰਗ ਹੋਈ ਮੋਦੀ ਨਾਲ ਹੋਈ ਉਸ ਵਾਰ ਅਮਨ ਸ਼ਾਨ ਨਾਲ ਹੋਈ ਜਿਹੜੀ ਸ਼ਰਤ ਰੱਖੀ ਕਾਲੀ ਦਲ ਨੇ ਉਹ ਸ਼ਰਤ ਇਹੋ ਹੀ ਸੀ ਕਿ ਸਾਡੀਆਂ ਆ ਸ਼ਰਤਾਂ ਨੇ ਬੰਦੀ ਸਿੰਘ ਸਾਡੀ ਸਾਡਾ ਮੁੱਦਾ ਵਾ ਜਿਹੜੀਆਂ ਤੁਸੀਂ ਗੁਰਦ ਆਮਾ ਦੇ ਉਤੇ ਕਾਬਜ ਹੋਣਾ ਚਾਹੁੰਦੇ ਹੋ ਜਿਹਨੂੰ ਕਿਸੇ ਵੀ ਤਰ੍ਹਾਂ ਸਿੱਖ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕਰਦਾ ਪਿਛਲੇ ਸਮਿਆਂ ਦੇ ਵਿੱਚ ਸਿਰ ਦਿੱਤੇ ਨੇ ਸਿੱਖਾਂ ਨੇ ਸਿਰ ਦਿੱਤੇ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਾਹਦੇ ਲਈ ਕੀ ਸਾਡੀ ਪਵਿੱਤਰਤਾ ਪੰਗ ਕੀਤੀ ਬਾਬਾ ਦੀਪ ਸਿੰਘ ਬਾਬਾ ਉਹ ਗੁਰਬਖਸ਼ ਸਿੰਘ ਉਸ ਤੋਂ ਪਹਿਲਾਂ ਸਿੱਖ ਸਿੱਖ ਦੀ ਮਾਨਸਿਕਤਾ ਹੈ ਕਿ ਆਪਦੇ ਗੁਰੂ ਸਥਾਨਾਂ ਤੇ ਕਾਬਜ ਨਹੀਂ ਹੋਣ ਦੇਣਗੇ ਹੁਣ ਅਸੀਂ ਕਿੰਨੇ ਇਸ ਗੱਲ ਹੀ ਖਫਾ ਕਿ ਹਰਿਆਣਾ ਦੀ ਕਮੇਟੀ ਨੂੰ ਜਿਹੜੀ ਜਿਹਦਾ ਕੋਈ ਲੋੜ ਮਤਲਬ ਹੀ ਨਹੀਂ ਸੀ ਜਾਣ ਬੁਝ ਕੇ ਤੋੜੀ ਤਾਲੇ ਤੋੜ ਕੇ ਬਦਮਾਚੀ ਗੁੰਡਾਗਰਦੀ ਉਹਦੇ ਸ਼ਰੇਆਮ ਕੀਤੀ ਗਈ ਜਿਹੜੀ ਆ ਹਜੂਰ ਸਾਹਿਬ ਦੇ ਵਿੱਚ ਕਿਉਂ ਸਰਕਾਰ ਵੱਲੋਂ ਮਤਾ ਪਵਾਇਆ ਗਿਆ ਕਿ 15 ਚੋਂ 13 ਬੰਦੇ ਸਰਕਾਰ ਦੇ ਹੋਣਗੇ ਉਹ ਇਹ ਚੀਜ਼ਾਂ ਜਿਹੜੀਆਂ ਵਾਂ ਅਸੀਂ ਕਿਹਾ ਇਹ ਇਹ ਗੱਲਾਂ ਦਾ ਸਾਨੂੰ ਜਵਾਬ ਦਿਓ ਇਹ ਇਹ ਜਿਹੜੀ ਤੁਸੀਂ ਜਾਤੀ ਕਰ ਰਹੇ ਹੋ ਅਸੀਂ ਨਹੀਂ ਕਰ ਦੇਵਾਂਗੇ ਕਿਸਾਨਾਂ ਦਾ ਮੁੱਦਾ ਹੁਣ ਕਿਹੜਾ ਸਾਡਾ ਹੀ ਮੁੱਦਾ ਨਾ ਅਕਾਲੀ ਦਲ ਤੋਂ ਵੱਡੀ ਕਿਸਾਨ ਯੂਨੀਅਨ ਕਿਹੜੀ ਆ ਸਭ ਤੋਂ ਵੱਧ ਜੇ ਕਿਸਾਨਾਂ ਵਾਲੀ ਗੱਲ ਕੀਤੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਉਹਨਾਂ ਦੀ ਗੱਲ ਕੀਤੀ ਦਾ ਸਾਰੇ ਦੇਸ਼ ਤੇ ਅਸਰ ਹੋਇਆ ਸਾਰੇ ਕਿਸਾਨਾਂ ਦੀਆਂ ਗੱਲਾਂ ਪ੍ਰਕਾਸ਼ ਸਿੰਘ ਬਾਦਲ ਅੱਗੇ ਹੋ ਕੇ ਲੜਦੇ ਰਹੇ ਚੌਧਰੀ ਚਰਨ ਸਿੰਘ ਨਾਲ ਜਾਂ ਦੇਵੀ ਲਾਲ ਦੇ ਨਾਲ ਉਹਨਾਂ ਨੇ ਸਾਰਾ ਕੁਝ ਕੀਤਾ ਹੁਣ ਮੈਂ ਇਹ ਤਾਂ ਇਹ ਗੱਲ ਕਰਦਾ ਕਿ ਇਹ ਅਸੀਂ ਇਸ ਗੱਲ ਦੇ ਲਈ ਲੜਾਈ ਲੜੀ ਅਸੀਂ ਇਹ ਲੋਕਾਂ ਦੇ ਵਿੱਚ ਇੰਨਾ ਕੋ ਨਹੀਂ ਪ੍ਰਚਾਰ ਸਕੇ ਕਿ ਅਸੀਂ ਇਸ ਗੱਲ ਦੇ ਖਿਲਾਫ ਆ ਨਹੀਂ ਤੁਸੀਂ ਸਰ ਮੈਨੂੰ ਐਉਂ ਲੱਗਦਾ ਕਿ ਲੋਕਾਂ 'ਚ ਧਾਰਨਾ ਕਿ ਕਾਲੀਦਾਲ ਕਨਫਿਊਜ਼ ਹੋਇਆ ਪਿਆ ਕਦੇ ਤੁਸੀਂ ਕਿਸਾਨਾਂ ਦੇ ਹੱਕ ਵਿੱਚ ਭੁਗਤਦੇ ਹੋ ਕਦੇ ਤੁਸੀਂ ਉਹ ਜਿਹੜੇ ਬਿੱਲ ਲਿਆਂਦੇ ਸੀਗੇ ਉਹਨਾਂ ਦੇ ਹੱਕ ਵਿੱਚ ਭੁਗਤਦੇ ਜਾਂਦੇ ਹੋ ਕਦੇ ਤੁਸੀਂ ਅਮਰਤਪਾਲ ਦੇ ਹੱਕ ਵਿੱਚ ਭੁਗਤਦੇ ਹੋ ਕਦੇ ਤੁਸੀਂ ਅਮਰਤਪਾਲ ਦਾ ਵਿਰੋਧ ਕਰਦੇ ਹੋ ਸਿਆਸੀ ਤੌਰ ਤੇ ਵਿਰੋਧ ਕਰਦੇ ਹੋ ਤੇ ਧਾਰਮਿਕ ਤੌਰ ਤੇ ਐਸਡੀਪੀਸੀ ਉਹਨਾਂ ਦੇ ਕੇਸ ਲੜਦੀ ਪਈ ਆ ਦੇਖੋ ਗੱਲ ਇਹ ਆ ਇਹ ਜਿਹੜੀ ਇੱਕ ਪਾਰਟੀ ਆ ਇਹ ਇੱਕ ਸੰਵਿਧਾਨਕ ਉਹਦੇ ਅੰਦਰ ਚੱਲਦੀ ਆ ਤੁਸੀਂ ਇੱਕ ਰਜਿਸਟਰਡ ਪਾਰਟੀ ਹੋ ਤੁਸੀਂ ਆਜ਼ਾਦ ਨਹੀਂ ਹੈਗੇ ਤੁਸੀਂ ਇੱਥੇ ਜਿਹੜਾ ਕਮਿਸ਼ਨ ਆ ਉਹਦੇ ਅਧੀਨ ਚੱਲਦੇ ਹੋ ਤੁਸੀਂ ਸੰਵਿਧਾਨ ਦੇ ਮੁਤਾਬਕ ਚੱਲਦੇ ਹੋ ਕੁਝ ਕੁਝ ਤੁਹਾਨੂੰ ਮਜਬੂਰੀਆਂ ਹੁੰਦੀਆਂ ਨੇ ਸੋ ਇਹ ਗੱਲ ਠੀਕ ਆ ਕਿ ਕੁਝ ਜੋ ਫੈਸਲੇ ਲੈ ਜਾਂਦੇ ਆ ਉਸ ਤੋਂ ਬਾਅਦ ਇਹ ਨਤੀਜੇ ਆਉਂਦੇ ਆ ਤੇ ਫਿਰ ਉਹਦੇ ਲਈ ਅਸੀਂ ਸੋਚਦੇ ਹਾਂ ਕਿ ਸਾਡੇ ਫੈਸਲੇ ਉਸ ਸਮੇਂ ਐਦਾਂ ਨਹੀਂ ਐਦਾਂ ਹੋਣੇ ਚਾਹੀਦੇ ਸੀ ਹੁਣ ਜੇ ਮੈਂ ਕਿਸਾਨੀ ਦੇ ਮੁੱਦੇ ਦੀ ਆਪਾਂ ਗੱਲ ਕਰਦੇ ਆਂ ਤੇ ਕਿਸਾਨੀ ਲਈ ਸਭ ਤੋਂ ਵੱਧ ਲੜਾਈ ਤਾਂ ਅਕਾਲੀ ਦਲ ਨੇ ਲੜੀ ਯਾਰ ਉਦੋਂ ਜਿਹੜੀਆਂ ਕੋ ਗੱਲਾਂ ਹੋ ਗਈਆਂ ਉਸ ਤੋਂ ਬਾਅਦ ਜਿਹੜਾ ਪਾਰਲੀਮੈਂਟ ਦੇ ਵਿੱਚ ਭਾਸ਼ਣ ਉਹ ਉਹਨਾਂ ਦਾ ਤੋੜ ਵਿਛੋੜਾ ਵਾ ਉਹ ਵੀ ਬਿਲਕੁਲ ਸਹੀ ਟਾਈਮ ਤੇ ਕੀਤਾ ਗਿਆ ਨਾ ਜਦੋਂ ਉਹਨਾਂ ਨੇ ਵਿਸ਼ਵਾਸ ਦਿਵਾਤਾ ਇੱਕ ਤੁਹਾਡਾ ਸਾਥੀ ਆ ਜਿਹਦੇ ਨਾਲ ਤੁਸੀਂ ਭਾਈਵਾਲ ਹੋ ਉਹ ਕਹਿੰਦਾ ਵੀ ਅਸੀਂ ਇਹੋ ਜੀ ਗੱਲ ਨਹੀਂ ਕਰਾਂਗੇ ਜਿੱਦਾਂ ਤੁਹਾਨੂੰ ਲੱਗਦੀ ਹੈ ਜਦੋਂ ਬਿੱਲ ਆਊਗਾ ਅਸੀਂ ਉਦੋਂ ਇਸ ਗੱਲ ਨੂੰ ਅਮੈਂਡਮੈਂਟ ਕਰਕੇ ਦਵਾਂਗੇ ਉਹਦਾ ਵਿਸ਼ਵਾਸ ਆਪਾਂ ਕਰ ਲੈਨੇ ਆਖਿਰਕਾਰ ਚਲਦੇ ਆ ਕਿਸੇ ਨਾਲ ਕਿਸਾਨਾਂ ਦਾ ਪ੍ਰੈਸ਼ਰ ਸੀ ਤੁਹਾਡੇ ਤੇ ਨਹੀਂ ਨਹੀਂ ਕਿਸਾਨਾਂ ਦਾ ਪ੍ਰੈਸ਼ਰ ਦੀ ਲੋੜ ਹੀ ਨਹੀਂ ਗਈ ਕਿਸਾਨੀ ਦੇ ਲਈ ਜੇ ਗੱਲ ਕੀਤੀ ਆ ਕਿਹਦਾ ਪ੍ਰੈਸ਼ਰ ਸੀ ਜੀ ਵੀ ਜਿਹੜੀਆਂ ਮੋਟਰਾਂ ਦਾ ਬਿੱਲ ਮਾਫ ਕੀਤਾ ਜਾਵੇ ਪ੍ਰਕਾਸ਼ ਸਿੰਘ ਬਾਦਲ ਨੇ ਆਪ ਇਹ ਗੱਲ ਦੇਖਿਆ ਉਹਨੂੰ ਸਮਝਿਆ ਕਿ ਕਿਸਾਨਾਂ ਨੂੰ ਲੋੜ ਆ ਸੀ ਰਾਤ ਕਿਵੇਂ ਦੇ ਸਕਦੇ ਆ ਉਹ ਇਸ ਕਰਕੇ ਪ੍ਰੈਸ਼ਰ ਦੀ ਗੱਲ ਨਹੀਂ ਸੀਗੀ ਪਰ ਜਿਹੜੀ ਗੱਲ ਉਹਨਾਂ ਨੇ ਕੀਤੀ ਉਹਨਾਂ ਨੇ ਵਿਸ਼ਵਾਸ ਦਿੱਤਾ ਤੇ ਉਹਨਾਂ ਨੇ ਵਿਸ਼ਵਾਸ ਤੋੜਿਆ ਮੈਨੂੰ ਇਸ ਪੁਆਇੰਟ ਤੇ ਆਓ ਸਰ ਅਮਰਤਪਾਲ ਸਿੰਘ ਤੇ ਸਰਜੀਤ ਸਿੰਘ ਖਾਲਸਾ ਜਿਸ ਤਰੀਕੇ ਨਾਲ ਇਹਨਾਂ ਚੋਣਾਂ ਵਿੱਚ ਜਿੱਤੇ ਆ ਕੀ ਹੋਣ ਤੁਹਾਡੇ ਤੇ ਇਹ ਪ੍ਰੈਸ਼ਰ ਹੈਗਾ ਕਿ ਪੰਥ ਉਹਨਾਂ ਵੱਲ ਜਾ ਰਿਹਾ ਜਾਂ ਤਾਂ ਲੱਗਦਾ ਹੈ ਕਿ ਇਹ ਸਿਰਫ ਵਕਤੀ ਬੁਲਬੁਲਾ ਦੇਖੋ ਮੈਂ ਉਹਨਾਂ ਦੀ ਜਿੱਤ ਦੀ ਤੋਹੀਨ ਨਹੀਂ ਕਰਦਾ ਉਹਨਾਂ ਦੀ ਜਿੱਤ ਜਿਹੜੀ ਆ ਸਾਡੇ ਹੀ ਵੋਟਰਾਂ ਨੇ ਨਾਲੋਂ ਪੰਥਕ ਸੋਚ ਵਾਲੇ ਲੋਕਾਂ ਨੇ ਉਹਨਾਂ ਨੂੰ ਵੋਟ ਪਾਈ ਆ ਠੀਕ ਹੈ ਸਾਡੀ ਅਸੀਂ ਮਹਿਸੂਸ ਕਰਦੇ ਆਂ ਇਹ ਗੱਲਾਂ ਕਿ ਪਾਰਟੀ ਦੇ ਵਿੱਚ ਦੇਖੋ ਮੈਂ ਅਮਰਤਪਾਲ ਦੇ ਬਾਰੇ ਵਿੱਚ ਅੱਜ ਤੱਕ ਕੋਈ ਖਲਾਫ ਨਹੀਂ ਬੋਲਿਆ ਮੈਂ ਸਾਡੇ ਸਰਬਜੀਤ ਸਿੰਘ ਜੀ ਉੱਥੇ ਖੜੇ ਕਾਲੀ ਦਲ ਦੇ ਵਿਰੋਧ ਖੜੇ ਸੀ ਆਜ਼ਾਦ ਖੜੇ ਸੀ ਉਹਨਾਂ ਦੇ ਖਿਲਾਫ ਨਹੀਂ ਬੋਲਿਆ ਅਜੇ ਤੱਕ ਕਿਉਂਕਿ ਜਿਹੜੇ ਸਰਦਾਰ ਬਿਆਨਤ ਸਿੰਘ ਸ਼ਹੀਦ ਨੇ ਉਹਨਾਂ ਦੀ ਕੀਤੀ ਕਰਨੀ ਨੂੰ ਦਾ ਅਸੀਂ ਮੁਆਵਜ਼ਾ ਨਹੀਂ ਦੇ ਸਕਦੇ ਭਾਵੇਂ ਦੋ ਵਾਰ ਪਹਿਲਾਂ ਸਰਜੀ ਸਿੰਘ ਹਾਰ ਗਏ ਉਹ ਇਹ ਵੀ ਵੋਟਰਾਂ 'ਚ ਖੜੇ ਸੀ ਉਹ ਹਾਰ ਗਏ ਪਰ ਮੈਂ ਆਪਣੀ ਜ਼ਮੀਰ ਦੇ ਮੁਤਾਬਕ ਉਹਨਾਂ ਦੀ ਤੋਹਫੀ ਨਹੀਂ ਕਰ ਸਕਦਾ ਮੈਂ ਉਹਨਾਂ ਦੇ ਉਸ ਸ਼ਹਾਦਤ ਨੂੰ ਸਦਾ ਹੀ ਨਮਸਕਾਰ ਹੈ ਠੀਕ ਹੈ ਨਾ ਅਮਰਪਾਲ ਸਿੰਘ ਇੱਕ ਨੌਜਵਾਨ ਆ ਜੀ ਨੇ ਕੋਈ ਗੱਲ ਚੱਕੀ ਲੋਕਾਂ ਨੇ ਉਸ ਦਾ ਸਮਰਥਨ ਕੀਤਾ ਉਸ ਅਮਰਪਾਲ ਦੇ ਕੋਈ ਵੀ ਮੁਸਲੇ ਸੀ ਉਹ ਜਦੋਂ ਉਹਨੇ ਵਹੀਰ ਚਲਾਈ ਜਾਂ ਸ਼੍ਰੋਣੀ ਕਮੇਟੀ ਪਰ ਪ੍ਰਚਾਰ ਕੀਤਾ ਅਸੀਂ ਡਰਕ ਮੈਂ ਸਭ ਤੋਂ ਉਹੋ ਆ ਬੰਦਾ ਜਿਹਨੇ ਹਮੇਸ਼ਾ ਉਸ ਦੇ ਪ੍ਰੋਗਰਾਮ ਨੂੰ ਮੰਨ ਲਓ ਸ਼੍ਰੋਣੀ ਕਮੇਟੀ ਦੇ ਮੈਨੇਜਰ ਨਾਲ ਤਾਲਮਿਲ ਕਰਕੇ ਕਿਸੇ ਵੀ ਤਰ੍ਹਾਂ ਦੀ ਜ਼ਰੂਰਤਾਂ ਨੂੰ ਪੂਰਾ ਕਰੋ ਹੁਣ ਜਦੋਂ ਧਰਨਾ ਲਾਇਆ ਅਰਦਾਸ ਹੋਣ ਤੋਂ ਲੈ ਕੇ ਧਰਨਾ ਦੇ ਲਗਾਉਣ ਤੱਕ ਸਾਰੇ ਪ੍ਰਬੰਧ ਸਾਰੀਆਂ ਗੱਲਾਂ ਜਾਣਾਂ ਉਹਨਾਂ ਦੇ ਮਾਤਾ ਪਿਤਾ ਨਾਲ ਗੱਲ ਕਰਨੀ ਉਹਨਾਂ ਦੇ ਸਾਰੇ ਸਮਰਥਕਾਂ ਨਾਲ ਗੱਲ ਕਰਨੀ ਅਸੀਂ ਜਾਣਦੇ ਰਹੇ ਹ ਉਹ ਇਹ ਇਹ ਠੀਕ ਹੈ ਕਿ ਹੋ ਸਕਦਾ ਕੁਝ ਗੱਲਾਂ ਤੇ ਸਾਡੇ ਵਿਚਾਰ ਧਾਰਕ ਕੋਈ ਮੇਨ ਮਤਲਬ ਨਾ ਵੀ ਹੋਣਗੇ ਪਰ ਉਹ ਪਾਰਟੀ ਲਈ ਕਈ ਥਾਵਾਂ ਤੇ ਮਜਬੂਰੀ ਹੋ ਜਾਂਦੀ ਆ ਪਰ ਉਹਦੇ ਚ ਅਸੀਂ ਇਹ ਗੱਲ ਸਮਝਦੇ ਆ ਕਿ ਉਸ ਇਲੈਕਸ਼ਨ ਦੇ ਵਿੱਚ ਜਿਹੜੀ ਸਾਡੀ ਬੋਲਬਾਣੀ ਰਹੀ ਜਿਹੜਾ ਸਾਡਾ ਆਪਸੀ ਜਿਹੜਾ ਵਿਵਾਦ ਦਾ ਟਕਰਾਰ ਰਿਆ ਗੱਲਾਂ ਦਾ ਉਹ ਸਾਡੇ ਲਈ ਮਾੜਾ ਹੋਇਆ ਜਿਹੜਾ ਨਹੀਂ ਹੋਣਾ ਚਾਹੀਦਾ ਇਹ ਬਹੁਤ ਵੱਡੀ ਗੱਲ ਹੈ ਤੁਹਾਡੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਉਹਨਾਂ ਨੂੰ ਜਿਹੜਾ ਜਿੱਤ ਮਿਲੀ ਉਹਦੀ ਤੋਹਫੀ ਨਹੀਂ ਕਰਦੇ ਪਰ ਤੁਹਾਨੂੰ ਇਹ ਲੱਗਦਾ ਕਿ ਤੁਹਾਡੇ ਲੀਡਰਸ ਨੇ ਕੁਝ ਲੀਡਰਾਂ ਨੇ ਜਿਹੜੀ ਬਿਆਨਬਾਜ਼ੀ ਕੀਤੀ ਹੈ ਤੁਹਾਨੂੰ ਲੱਗਿਆ ਕਿ ਕਿ ਅਮਰਤਪਾਲ ਸਿੰਘ ਤੇ ਸਰਜੂ ਸਿੰਘ ਖਾਲਸਾ ਦੇ ਨਾਲ ਟਕਰਾ ਦਾ ਕਾਰਨ ਉਹ ਬਣਿਆ ਇਕ ਤਕਰਾ ਦਾ ਕਾਰਨ ਤਕਰਾ ਤਾਂ ਸਾਡੇ ਸੰਵਾਦ ਨੇ ਕੀਤਾ ਨਾ ਤੇ ਲੋਕਾਂ ਨੇ ਵੋਟਾਂ ਪਾਤੀਆਂ ਹੁਣ ਜਿਵੇਂ ਮੱਲੋ ਸਰਬਜੀਤ ਸਿੰਘ ਵਾਲੇ ਮਸਲੇ 'ਚ ਹੀ ਲਾ ਲਓ ਮੈਨੂੰ ਜਿਹੜਾ ਸਾਡਾ ਉਮੀਦਵਾਰ ਸੀ ਉਹਨੇ ਇਹ ਗੱਲ ਕਹੀ ਕਿ ਮੈਂ ਇਹਨਾਂ ਸਰਬਜੀਤ ਸਿੰਘ ਦੇ ਖਿਲਾਫ ਕੀ ਕਹਾਂ ਮੈਂ ਕਿਹਾ ਤੁਸੀਂ ਕੁਝ ਨਹੀਂ ਕਹਿਣਾ ਸਾਡੇ ਮਨ 'ਚ ਉਹਨਾਂ ਦਾ ਸਤਕਾਰ ਹੈ ਉਹ ਠੀਕ ਹੈ ਇਲੈਕਸ਼ਨ ਲੜ ਰਹੇ ਆ ਸਾਡੇ ਕੁਝ ਕਾਲੀ ਲੇਤਾਵਾਂ ਨੇ ਉਹਨਾਂ ਦੇ ਖਿਲਾਫ ਬੋਲਿਆ ਪਰ ਮੈਂ ਉਸ ਗੱਲ ਨਾਲ ਸਹਿਮਤ ਨਹੀਂ ਉਹਦੋਂ ਵੀ ਨਹੀਂ ਸੀ ਅੱਜ ਵੀ ਨਹੀਂ ਸੀ ਜਿਹੜੀ ਜਿਨ੍ਹਾਂ ਦੇ ਬਾਰੇ 'ਚ ਅਸੀਂ ਬੋਲ ਹੀ ਨਹੀਂ ਸਕਦੇ ਤੁਹਾਡੇ ਲੀਡਰ ਉਹਨਾਂ ਦੀ ਹਿਸਟਰੀ ਖੰਗਾਲ ਲਿਆਏ ਵੀ ਆ ਇੱਥੋਂ ਲੜੇ ਜੀ ਇੱਥੋਂ ਲੜੇ ਇੱਥੋਂ ਜਵਾਨਤਾ ਜੱਫਤ ਹੋ ਗਿਆ ਜੀ ਉਹ ਗੱਲ ਉਹ ਗੱਲ ਠੀਕ ਆ ਪਰ ਉਹਨਾਂ ਦੀ ਸਰਦਾਰ ਬਿਅੰਨ ਸਿੰਘ ਦੀ ਡਿਸਰੈਪੈਕਟ ਅਸੀਂ ਕਿਤੇ ਨਹੀਂ ਕਰ ਸਕਦੇ ਭਾਵੇਂ ਕੁਝ ਵੀ ਕਿਉਂ ਨਾ ਹੋ ਜੇ ਜਿਹਨੇ ਸਾਡੀ ਕੌਮ ਦੀ ਪੱਗ ਸਿਰ ਤੇ ਬੰਨੀ ਹੋਵੇ ਤੁਸੀਂ ਭਾਵਕ ਹੋ ਗਏ ਹੋ ਗਰਮ ਹੋ ਸੋ ਪਾਣੀ ਲਓ ਉਹ ਉਹ ਜਿਹੜੀ ਉਹਨਾਂ ਦਾ ਸਤਕਾਰ ਅਸੀਂ ਰੱਖਣਾ ਹੀ ਰੱਖਣਾ ਸੋ ਮੈਂ ਫੇਰ ਹੀ ਕਹਿਣਾ ਕਿ ਉਹਨਾਂ ਦੀ ਜਿੱਤ ਦੀ ਅਸੀਂ ਤੋਹਫੀ ਨਹੀਂ ਕਰਦੇ ਪਾਰਟੀ ਦੀਆਂ ਕੁਝ ਮਜਬੂਰੀਆਂ ਹੁੰਦੀਆਂ ਉਸ ਪਾਰਟੀ ਦੇ ਫੈਸਲਿਆਂ ਨਾਲ ਮੈਂ ਵੀ ਖੜਾ ਮੈਂ ਉਹਨਾਂ ਦੇ ਮਤਲਬ ਹੱਕ 'ਚ ਉਹਨਾਂ ਦੇ ਖਿਲਾਫ ਨਹੀਂ ਗਿਆ ਪਰ ਮੈਂ ਬੋਲਿਆ ਵੀ ਨਹੀਂ ਉਹਨਾਂ ਦੇ ਖਿਲਾਫ ਉਹ ਅਸੀਂ ਸਮਝਦੇ ਸੀਗੇ ਕਿ ਇਹ ਗੱਲ ਜਿਹੜੀ ਆ ਭਾਵੇਂ ਕਿ ਬਾਅਦ 'ਚ ਪਾਰਟੀ ਨੇ ਵਿਚਾਰ ਕੀਤੀ ਉਸ ਤੋਂ ਪਹਿਲਾਂ ਵੀ ਲੋਕਾਂ ਦੀ ਆਮ ਆਵਾਮ ਦੀ ਆਵਾਜ਼ ਸੀ ਪਰ ਪਾਰਟੀ ਦੀਆਂ ਕੁਝ ਮਜਬੂਰੀਆਂ ਸੀ ਜਿਹਦੇ ਕਰਕੇ ਇਹ ਫੈਸਲੇ ਜਿਹੜੇ ਆ ਸਹੀ ਤੰਗਣਾ ਨਹੀਂ ਰਹੇ ਗਏ ਉਹਦੇ ਲਈ ਸਾਨੂੰ ਨੁਕਸਾਨ ਵੀ ਹੋਇਆ ਤੁਸੀਂ ਪਾਰਟੀ ਪਲੇਟਫਾਰਮ ਤੇ ਗੱਲ ਕੀਤੀ ਹੈ ਹਾਂ ਬਿਲਕੁਲ ਤੁਸੀਂ ਇੱਥੇ ਬੜੇ ਇਮੋਸ਼ਨਲ ਹੋਏ ਪਿਓ ਗਰਵੇਲ ਸਰ ਪਾਰਟੀ ਪਲੇਟਫਾਰਮ ਤੇ ਇਹ ਇਮੋਸ਼ਨਲ ਟਰੈਕ ਉਹਨਾਂ ਨੂੰ ਪਤਾ ਹੈ ਕਿ ਕੌਮ ਵੀ ਇਮੋਸ਼ਨਲ ਇਹਨਾਂ ਮਾਮਲਿਆਂ ਚ ਦੇਖੋ ਮੈਂ ਦੱਸਦਾ ਹੁਣ ਭਾਵੇਂ ਜਿਸ ਤਰ੍ਹਾਂ ਮਰਜ਼ੀ ਹੈ ਉਹਨਾਂ ਦੀ ਜਦੋਂ ਵਧਾਈ ਜਾਂਦੀ ਹੈ ਐਨਐਸਏ ਤੇ ਉਹਦੇ ਖਿਲਾਫ ਸਰਦਾਰ ਸੁਖਵੀਰ ਸਿੰਘ ਬਾਦਲ ਪਾਰਟੀ ਕਾਲੀਦਲ ਦੇ ਪ੍ਰਧਾਨ ਨੇ ਨਾ ਕਿ ਉਹਨਾਂ ਤੇ ਕੋਈ ਤਲਵਾਰ ਨਹੀਂ ਲੜਕੀ ਹੋਈ ਅਜੇ ਤਾਂ ਇਲੈਕਸ਼ਨ ਹੋ ਚੁੱਕੀ ਆ ਉਹਨਾਂ ਨੇ ਉਹਦੇ ਖਿਲਾਫ ਬਾਜ਼ੀ ਠਾਈ ਕਿ ਸਾਡੇ ਮਤਭੇਦ ਹੋ ਸਕਦੇ ਆ ਉਹ ਗੱਲ ਵੱਖਰੀ ਹੈ ਪਰ ਇੱਕ ਜਿਹੜਾ ਹਿਊਮਨ ਰਾਈਟਸ ਦਾ ਘਾਣ ਹੋ ਰਿਹਾ ਉਹਦੇ ਖਿਲਾਫ ਕਿਨਾ ਅਸੀਂ ਆਵਾਜ਼ ਉਠਾਉਣੀ ਹੈ ਕਿ ਉਹ ਉਹਦੇ ਤੇ ਐਨੇ ਸਿੱਕੋਂ ਲਾਈ ਗਈ ਇਹ ਇੱਕ ਜ਼ਬਰ ਹੋ ਰਿਹਾ ਜਿਹਨੂੰ ਅਸੀਂ ਕਹਿੰਦੇ ਆ ਕਿ ਸਿੱਖ ਦੇ ਖਿਲਾਫ ਹੋ ਰਿਹਾ ਠੀਕ ਹੈ ਸਾਡੀ ਪਾਰਟੀ ਚ ਨਹੀਂ ਸਿਮਰਜੀਤ ਸਿੰਘ ਮਾਨ ਵੀ ਜਿੱਤੇ ਆ ਪਹਿਲਾਂ ਜਿੱਤੇ ਸੀ ਅਸੀਂ ਉਹਨਾਂ ਦੀ ਮੁਖਾਲਫਤ ਨਹੀਂ ਕਰਦੇ ਉਹਨਾਂ ਦਾ ਉਹ ਜਿਹੜੀ ਉਹਨਾਂ ਦੇ ਆਪਣੀ ਇੱਕ ਵਿਚਾਰਧਾਰਾ ਵਾ ਉਸ ਵਿਚਾਰਧਾਰਾ ਨਾਲ ਕਾਲੀਦਲ ਨਹੀਂ ਅਲਾਈਂਸ ਕਰ ਸਕਦਾ ਪਰ ਕੀ ਆ ਵੀ ਸਿਮਰਜੀਤ ਸਿੰਘ ਮਾਨ ਨੂੰ ਅਸੀਂ ਕੋਈ ਇਸ ਤਰ੍ਹਾਂ ਕਹਿ ਦਈਏ ਕਿ ਨਹੀਂ ਇਹ ਇਹ ਪੰਥ ਦੋਖੀ ਹੈ ਨਹੀਂ ਕਹਿ ਸਕਦੇ ਉਹ ਇਸ ਕਰਕੇ ਕਾਲੀਦਾਲ ਨੇ ਕਿਹਾ ਸੁਖਵੀਰ ਸਿੰਘ ਬਾਦਲ ਨੇ ਕਿਹਾ ਹੁਣ ਕੱਲ ਦੀ ਲਾਲੋ ਪਾਰਲੀਮੈਂਟ ਦੇ ਵਿੱਚ ਜਿਹੜੀ ਤਕਰੀਰ ਹੈ ਹਰਸਿਮਰਤ ਕੌਰ ਬਾਦਲ ਦੀ ਤੇ ਉਹਨੇ ਠੋਕੇ ਗੱਲ ਕਹੀ ਬਈ ਉਹ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਸੋਚਕਾਉਂਦੇ ਇਹ ਗੱਲਾਂ ਜਿੱਥੇ ਪੰਜ ਤੱਕ ਸੋਚ ਦੀ ਗੱਲ ਆਉਂਦੀ ਆ ਉਥੇ ਉਥੇ ਇਹ ਗੱਲਾਂ ਸਾਰਿਆਂ ਚ ਆਉਂਦੀਆਂ ਅਸੀਂ ਸਭ ਤੋਂ ਵੱਧ ਇਸ ਗੱਲ ਦੀ ਆਵਾਜ਼ ਚੁੱਕ ਰਹੇ ਹਾਂ ਉਹਨਾਂ ਦੇ ਖਿਲਾਫ ਉਹਨਾਂ ਦੇ ਇਹ ਗੱਲ ਸੋਹਣਾ ਚਕਾਉਣ ਦੇ ਖਿਲਾਫ ਉਨੇ ਸਾਰੇ ਦੀ ਬਾਤ ਚੁੱਕੀ ਆ ਇਹ ਗੱਲ ਜਿਹੜੀ ਆ ਇਹ ਅਕਾਲੀ ਦਲ ਦੇ ਵਿੱਚ ਹੈਗੀ ਆ ਠੀਕ ਠੀਕ ਆ ਪਾਣੀ ਲਓ ਤੁਸੀਂ ਮੈਂ ਇੱਕ ਬਕਵਾ ਲੈ ਕੇ ਆ ਰਿਹਾ ਛੋਟਾ ਜਿਹਾ ਗੁਰਚੰਦ ਸਿੰਘ ਗਰੇਵਾਲ ਸਾਡੇ ਨਾਲ ਹੈ ਸਵਾਲ ਅਸੀਂ ਹੋਰ ਵੀ ਕਰਨੇ ਆ ਤੇ ਵਾਪਸ ਆ ਕੇ ਕਰਾਂਗੇ ਜ਼ਰੂਰ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਆ ਗੁਰਚੰਦ ਸਿੰਘ ਗਰੇਵਾਲ ਗਰੇਵਾਲ ਸਾਹਿਬ ਅਮਰਪਾਲ ਨੂੰ ਰਾਹਤ ਮਿਲੀ ਹੈ ਰਿਹਾਈ ਨਹੀਂ ਮਿਲੀ ਉਸ ਸਰਾਹਤ ਦਾ ਸਵਾਗਤ ਕਰਦੇ ਹਾਂ ਜੇ ਸਵਾਗਤ ਕਰਦੇ ਹਾਂ ਕਿ ਅਕਾਲੀ ਦਲ ਅਮਰਪਾਲ ਸਿੰਘ ਦੇ ਵੈਲਕਮ ਲਈ ਉੱਥੇ ਹਾਜ਼ਰ ਹੋਊਗਾ ਜਾਂ ਹੇ ਫੈਸਲਾ ਕਰਨਾ ਦੇਖੋ ਅਸੀਂ ਤਾਂ ਉਸ ਦੇ ਹਾਲ ਹੀ ਆਵਾਜ਼ ਉਠਾਈ ਅਕਾਲੀ ਦਲ ਨੇ ਕਿ ਉਹਨਾਂ ਦੀ ਸੋਚ ਕਾਈ ਹੋਣੀ ਚਾਹੀਦੀ ਹੈ ਇੱਕ ਗੱਲ ਦੂਜੀ ਗੱਲ ਅਸੀਂ ਕਾਲੀ ਦਲ ਨੇ ਇਹ ਗੱਲ ਕਹੀ ਕਿ ਜਿਹੜਾ ਡਿਬੜੂਗੜ ਤੁਸੀਂ ਭੇਜਿਆ ਉਸ ਦਿਨ ਤੋਂ ਅਸੀਂ ਲੜਾਈ ਲੜ ਰਹੇ ਹਾਂ ਕਿ ਜਦੋਂ ਕਿ ਐਸੀ ਕੋਈ ਗੱਲ ਨਹੀਂ ਹੈ ਕਿ ਉਹਨਾਂ ਨੂੰ ਡਿਬੜੂਗੜ ਦੀ ਜੇਲ੍ਹ ਚ ਭੇਜ ਰਹੇ ਹੋ ਫਿਰ ਉੱਥੇ ਜਦੋਂ ਉਹਨਾਂ ਨਾਲ ਕੋਈ ਗੱਲ ਹੁੰਦੀ ਹੈ ਉਹਨਾਂ ਲਈ ਮੋਰਚਾ ਲੱਗਦਾ ਕਾਲੀ ਦਲ ਖੜਦਾ ਉਹ ਚ ਕਾਲੀ ਦਲ ਜਾਂਦਾ ਵਾ ਉਹ ਚ ਤੇ ਅੱਜ ਕਿਉਂ ਅਸੀਂ ਇਸ ਮੈਂ ਪਹਿਲਾਂ ਹੀ ਕਿਹਾ ਕਿ ਸਾਡੇ ਮਨ ਚ ਕੋਈ ਡਿਸਰੈਸਪੈਕਟ ਨਹੀਂ ਹੈਗੀ ਕੀ ਹਾਲਾਤ ਬਣਦੇ ਨੇ ਕਿੱਦਾਂ ਬਣਦੇ ਜੇ ਅਸੀਂ ਅਸੀਂ ਮੀਡੀਆ ਦੇ ਵਿੱਚ ਅਸੀਂ ਇਹ ਜਾਣਦੇ ਹਾਂ ਕਿ ਉਹਨਾਂ ਨੂੰ ਸੋਚ ਚਾਈ ਜਾਵੇ ਤੇ ਇਹ ਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਹੂੰ ਅਵਰਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਕੀ ਆਪਦੇ ਹਲਕੇ ਤੇ ਲੋਕਾਂ ਨਾਲ ਨਿਆਂ ਕਰ ਸਕਣਗੇ ਨਹੀਂ ਦੇਖੋ ਇਹਦੇ ਲਈ ਮੈਂ ਕੁਝ ਨਹੀਂ ਕਹਿ ਸਕਦਾ ਹਾਲੇ ਤਾਂ ਮਤਲਬ ਕੋਹ ਨਾ ਚਲੀ ਬਾਬਾ ਧਈ ਵਾਲੀ ਗੱਲ ਆ ਹਾਲੇ ਤਾਂ ਅਸੀਂ ਇਸ ਗੱਲ ਦਾ ਕੋਈ ਨਿਰਣਾ ਨਹੀਂ ਕਰ ਸਕਦੇ ਅੱਜ ਦੀ ਤਰੀਕ ਦਾ ਲੋਕਾਂ ਦੇ ਜਿਹੜੇ ਫਤਵੇ ਫਤਵਾ ਸੀ ਉਸ ਨੂੰ ਅਸੀਂ ਸਨਮਾਨ ਕੀਤਾ ਉਸ ਤੋਂ ਬਾਅਦ ਉਹ ਕੀ ਕਾਰਗੁਜ਼ਾਰੀ ਕਰਦੇ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਗੱਲ ਲਈ ਕੋਈ ਅੱਜ ਅਸੀਂ ਇਸ ਨੂੰ ਨਵੇਂ ਵਿਵਾਦ ਦਾ ਰੂਪ ਨਹੀਂ ਦੇਣਾ ਚਾਹੁੰਦੇ ਇਸ ਰਾਹਤੇ ਅਸੀਂ ਅਸੀਂ ਤਾਂ ਚਾਹੁੰਦੇ ਹਾਂ कि जे ਲੋਕਾਂ ਨੇ ਉਹਨਾਂ ਨੂੰ ਜਿਤਾਇਆ ਤੇ ਉਹ ਉਹਨਾਂ ਦਾ ਫਰਜ਼ ਬਣਦਾ ਬੜੀ ਚੰਗੀ ਗੱਲ ਆ ਉਹਨਾਂ ਦੇ ਮਾਤਾ ਜੀ ਨੇ ਜਦੋਂ ਸੌਂਹ ਜਿਹੜੀ ਚੁੱਕੀ ਆ ਚੁੱਕਣ ਤੋਂ ਪਹਿਲਾਂ ਉਹਨਾਂ ਦੇ ਸਤਕਾਰਯੋਗ ਮਾਤਾ ਜੀ ਉਹਨਾਂ ਦੇ ਪਿਤਾ ਜੀ ਬੀਬੀ ਖਾਲੜਾ ਜੀ ਨੇ ਕਿਹਾ ਕਿ ਅਸੀਂ ਸੰਵਿਧਾਨ ਦੇ ਮੁਤਾਬਕ ਹੀ ਚੱਲਾਂਗੇ ਤੇ ਚੰਗੀ ਗੱਲ ਉਹ ਸੌਂਹ ਚੁੱਕਣ ਜਾ ਰਹੇ ਆ ਤੇ ਲੋਕਾਂ ਦੇ ਕੰਮ ਕਰਨਗੇ ਆਪਣੀ ਪੰਜਾਬ ਦੀ ਆਵਾਜ਼ ਪੰਥ ਦੀ ਆਵਾਜ਼ ਜਿਹੜੀ ਵੀ ਤੁਹਾਡੇ ਮਨ ਦੇ ਅੰਦਰ ਜਜ਼ਬਾ ਵਾ ਉਹ ਪਾਰਲੀਮੈਂਟ ਵਿੱਚ ਰਾਉਣਗੇ ਤੋਂ ਅਸੀਂ ਤਾਂ ਇਸ ਗੱਲ ਨੂੰ ਚੰਗਾ ਕਹਿੰਦੇ ਆ ਐਸਡੀਪੀਸੀ ਦੇ ਕੋਲੋਂ ਕੀ ਗਲਤੀਆਂ ਹੋਈਆਂ ਪਿਛਲੇ ਸਾਲਾਂ ਦੇ ਵਿੱਚ ਮੈਂ ਨਾ ਇੱਕ ਤੁਹਾਨੂੰ ਉਦਾਹਰਣ ਦੇਣੀ ਚਾਹੁੰਨਾ ਕਿ ਪਿਛਲੇ ਦਿਨਾਂ ਦਾ ਜਦੋਂ ਮਸਲਾ ਚੱਲਿਆ ਇਸ ਮਸਲੇ ਦੇ ਵਿੱਚ ਕਹਿਣ ਚ ਕੋਈ ਗਰੇਜ ਨਹੀਂ ਹੈ ਬਡਾਲਾ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਜਲੰਧਰ ਵਿੱਚ ਜਿਹੜੀ 3 ਦਿਨ ਪਹਿਲਾਂ ਕੀਤੀ ਸੀ ਚੰਦੂ ਮਾਜਰੇ ਦਾ ਬੇਟਾ ਵੀ ਉਹਨਾਂ ਦੇ ਨਾਲ ਸੀ ਤੇ ਉਸ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਨੇ ਕੋਈ ਅਕਾਲੀ ਦਲ ਵਾਲੀ ਗੱਲ ਵੀ ਕੀਤੀ ਸ਼ਸ਼ਰੋਣੀ ਕਮੇਟੀ ਦੀ ਗੱਲ ਵੀ ਕੀਤੀ ਇਸ ਤਰ੍ਹਾਂ ਹੀ ਇੱਕ ਪਲੇਟਫਾਰਮ ਤੇ ਜਿਵੇਂ ਤੁਹਾਡਾ ਪਲੇਟਫਾਰਮ ਆ ਉਸ ਪਲੇਟਫਾਰਮ ਤੇ ਸਾਨੂੰ ਇਕੱਠਿਆਂ ਕਰ ਦਿੱਤਾ ਗਿਆ ਮੈਂ ਬੁਰਾਲਾ ਸਾਹਿਬ ਦੀ ਕਦਰ ਕਰਦਾ ਮੈਨੂੰ ਲੱਗਦਾ ਕਿ ਉਹ ਸੱਚੇ ਸੋਚੇ ਬੰਦੇ ਆ ਤੇ ਉਹ ਕੋਈ ਬੇਹੂਦਾ ਬਿਆਨਵਾਜੀ ਨਹੀਂ ਕਰਦੇ ਜਦੋਂ ਸਾਡੀ ਆਪਸੀ ਗੱਲ ਹੋਈ ਸਾਡੇ ਮਿੱਤਰ ਨੇ ਇਕੱਠੇ ਰਹਿੰਦੇ ਸੀ ਜਾਂ ਅੱਜ ਕੀ ਹੋ ਗਿਆ ਕਿ ਜੇ ਉਧਰ ਹੀ ਬੈਠ ਕੇ ਕੋਈ ਆਪਣੀ ਕਿਸੇ ਧੜੇ ਦੇ ਵਿੱਚ ਉਹ ਚਲੇ ਗਏ ਨੇ ਆਜ਼ਾਦ ਆ ਬੰਦਾ ਹਰ ਬੰਦਾ ਜਾ ਸਕਦਾ ਤੇ ਉਹਨਾਂ ਨੂੰ ਜਦੋਂ ਅਸੀਂ ਸਵਾਲ ਕੀਤੇ ਕਿ ਤੁਸੀਂ ਦੱਸੋ ਵੀ ਕੋਈ ਸ਼ਰੋਨੀ ਕਮੇਟੀ ਇਹ ਉਸ ਧੜੇ ਦੇ ਨਮਾਇंदे ਨੇ ਬੁਰਾਲਾ ਸਾਹਿਬ ਉਹਨਾਂ ਨੇ ਕਲੀਅਰ ਕਰਕੇ ਆ ਕਿ ਸ਼ਰੋਨੀ ਕਮੇਟੀ 'ਚ ਕਿਸੇ ਵੀ ਤਰ੍ਹਾਂ ਦੀ ਰਾਸੀ ਦਖਲ ਨਹੀਂ ਹੈਗਾ ਅੱਜ ਸ਼੍ਰੋਣੀ ਕਮੇਟੀ ਦੇ ਵਿੱਚ ਬਹੁਤ ਸਾਰੇ ਬਦਲਾਅ ਚੁੱਕੇ ਨੇ ਸ਼੍ਰੋਣੀ ਕਮੇਟੀ ਦਾ ਜਿਹੜਾ ਕਾਰਜਾ ਉਹ ਪਹਿਲਾਂ ਨਾਲੋਂ ਬਦਲ ਚੁੱਕਿਆ ਮੈਂ ਇਹ 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 ਲੋਕਾਂ ਦੇ ਵਿੱਚ ਆਨਲਾਈਨ ਗੱਲ ਹੋਈ ਹੈ ਉਹ ਜਿਹੜੇ ਲੋਕ ਸਹੀ ਮਾਇਨੇ ਦੇ ਵਿੱਚ ਅਸਲ ਗੱਲ ਕਰਦੇ ਨੇ ਦਿਲ ਤੋਂ ਗੱਲ ਕਰਦੇ ਨੇ ਉਹਨਾਂ ਸਾਰਿਆਂ ਨੂੰ ਪਤਾ ਭਾਵੇਂ ਵਿਰੋਧੀ ਕਿਉਂ ਨਾ ਹੋਵੇ ਭਾਵੇਂ ਉਹ ਤੋਂ ਵੀ ਹਟ ਕੇ ਵਿਰੋਧੀ ਨੂੰ ਮੈਂ ਇਹਨਾਂ ਨੂੰ ਵਿਰੋਧੀ ਨਹੀਂ ਕਹਿੰਦਾ ਉਚਲੋ ਸਾਡੇ ਨਾਲ ਥੋੜਾ ਜਿਹਾ ਉਹਨਾਂ ਦਾ ਵਿਚਾਰਾਂ ਦਾ ਤਕਰਾਰ ਬਣ ਗਿਆ ਉਦੋਂ ਵੀ ਹਟਕੇ ਵਿਰੋਧੀ ਵੀ ਲੋਕ ਜਿਹੜੇ ਆ ਅੱਜ ਇਹ ਗੱਲ ਸਮਝਦੇ ਆ ਕਿ ਪਿਛਲੇ ਸਮਿਆਂ ਨਾਲੋਂ ਸ਼ਰੌਣੀ ਗੁਰਦਾਰਾ ਆਪਣਾ ਦਾ ਕਮੇਟੀ ਨੇ ਆਪਣੇ ਆਪ ਦੇ ਵਿੱਚ ਬਹੁਤ ਚੰਗੇ ਸੁਧਾਰ ਕੀਤੇ ਆ ਪਾਰਦਰਸ਼ਤਾ ਲੈ ਕੇ ਆਂਦੀ ਆ ਤੁਸੀਂ ਦੇਖੋ ਕਿ ਕਦੇ ਹੋਇਆ ਸੀਗਾ ਕਿ ਅਸੀਂ ਇੱਕ ਈਮੇਲ ਜਾਰੀ ਕਰੀਏ ਜਦੋਂ ਮੈਂ ਜਨਰਲ ਸੈਕਟਰੀ ਸੀ ਸਾਡਾ ਇੱਕ ਜਨਰਲ ਸੈਕਟਰੀ ਦਾ ਅਧਿਕਾਰ ਹੁੰਦਾ ਕਿ ਬਜਟ ਬਣਾਉਣਾ ਤੇ ਸਭ ਤੋਂ ਪਹਿਲਾਂ ਅਸੀਂ ਈਮੇਲ ਦਿੱਤੀ ਜਿਹਦੇ ਸਾਨੂੰ ਕਈ ਹਜ਼ਾਰ ਮੈਸੇਜ ਆਇਆ ਕਿ ਜਿਹੜਾ ਗੁਰੂ ਗੋਲਕ ਦੇ ਪੈਸੇ ਨੇ ਜਿਹੜਾ ਸ਼ਰੋਣੀ ਕਮੇਟੀ ਦਾ ਬਜਟ ਹੈ ਉਹ ਗੁਰੂ ਦੀ ਗੋਲਕ ਹੀ ਆ ਨਾ ਸੰਗਤ ਦੇ ਪੈਸਾ ਨਾ ਤੇ ਵੀ ਇਹਨੂੰ ਕਿੱਥੇ ਕਿੱਥੇ ਅਸੀਂ ਯੂਜ਼ ਕਰ ਸਕਦੇ ਹਾਂ ਸੋ ਸ਼ਰੋਣੀ ਕਮੇਟੀ ਲਈ ਇੱਕ ਇਹ ਵੀ ਆਈ ਕਿ ਤੁਸੀਂ ਬੱਚਿਆਂ ਦੀ ਉੱਚ ਪੜ੍ਹਾਈ ਵਾਸਤੇ ਵੀ ਤੁਸੀਂ ਇੰਸਟੀਚਿਊਟ ਖੋਲੋ ਹੁਣ ਤੁਸੀਂ ਵੇਖੋਗੇ ਇਹ ਗੱਲ ਨੂੰ ਕਿਵੇਂ ਤੁਸੀਂ ਡਿਨਾਈ ਕਰ ਸਕਦੇ ਹੋ ਇੱਕ ਸਾਲ ਸਾਡਾ ਹੋ ਗਿਆ ਬੱਚਿਆਂ ਨੇ ਇੱਦਾਂ ਕੀ ਪੇਪਰ ਦਿੱਤੇ ਆ ਪੀਸੀਐਸ ਦੇ ਚੰਡੀਗੜ੍ਹ ਦੇ ਵਿੱਚ ਸਾਡਾ ਕਲਗੀ ਧਰਨਵਾਸ ਸੀ ਉਹ ਟੋਟਲ ਅਸੀਂ ਕਨਵਰਟ ਕਰਤਾ ਬੱਚਿਆਂ ਦੇ ਲੜਕੇ ਤੇ ਲੜਕੀਆਂ ਦੇ ਹੋਸਟਲ ਚ ਅਸੀਂ ਉੱਥੇ ਕਲਾਸਾਂ ਲਾ ਰਹੇ ਆ ਪੀਸੀਐਸ ਆਈਪੀਐਸ ਵਾਸਤੇ ਜੁਡੀਸ਼ਰੀ ਲਈ 50 ਹੋ ਰਿਹਾ ਐਡ ਕਰਤੇ ਇਹ ਸਾਰੀਆਂ ਗੱਲਾਂ ਸਾਨੂੰ ਸੰਗਤ ਵੱਲੋਂ ਆਈਆਂ ਇੰਨਾ ਵੱਧ ਅਸੀਂ ਸੰਗਤ ਨਾਲ ਇਨਵੋਲਵ ਹੋਣਾ ਚਾਹੁੰਦੇ ਆ ਸ਼ਰਮਣੀ ਕਾਲਦਾਲ ਇਸ ਗੱਲ ਤੋਂ ਚਿੰਤਤ ਨਹੀਂ ਹੈ ਕਿ ਕਨਵਰਜਨ ਬਹੁਤ ਹੋ ਰਹੀ ਹੈ ਨਹੀਂ ਇਹ ਗੱਲ ਠੀਕ ਹੈ ਕੋਈ ਸ਼ੱਕ ਨਹੀਂ ਕਨਵਰਜਨ ਹੋ ਰਹੀ ਹੈ ਕਿਉਂਕਿ ਮੈਂ ਇੱਕ ਗੱਲ ਕਰਦਾ ਕਿ ਇੱਥੇ ਪੰਜਾਬ ਦੇ ਅੰਦਰ ਇੱਕ ਐਸਾ ਇੱਕ ਸੈਕਟ ਜਿਹੜਾ ਧੁਰਿਆ ਰਹਿੰਦਾ ਅੱਗੇ ਕਦੇ ਉਹ ਨੂਰਮੈਲੀਆ ਸੀਗਾ ਕਿਤੇ ਸਰਸੇ ਵਾਲਾ ਸੀਗਾ ਕਦੇ ਕੋ ਹੋਰ ਆ ਜਾਂਦਾ ਇਹ ਇੱਕ ਸੈਕਟ ਐਸੇ ਨਹੀਂ ਜਿਹੜੇ ਕਿ ਇਸ ਤਰ੍ਹਾਂ ਲੋਕਾਂ ਨੂੰ ਬੁਗਲਾਉਂਦੇ ਨੇ ਕੁਝ ਲਾਲਚ ਵੀ ਦਿੰਦੇ ਨੇ ਕੁਝ ਅੰਧਵਿਸ਼ਵਾਸ ਫਲਾਉਂਦੇ ਨੇ ਉਹਦੇ ਨਾਲ ਸਾਡੇ ਕੁਝ ਅਨਪੜਤਾ ਕਰਕੇ ਇਹ ਲੋਕ ਜਿਹੜੇ ਆ ਉਹਨਾਂ ਦੇ ਇਕੱਠਾਂ ਵਿੱਚ ਜਾਂਦੇ ਨੇ ਪਰ ਮੈਂ ਮੂਲ ਤੌਰ ਤੇ ਇਹ ਗੱਲ ਦੱਸ ਦੇਣਾ ਕਿ ਜਿਹੜਾ ਸਿੱਖ ਆਵਾਮ ਆ ਉਹ ਸਿੱਖ ਆਵਾਮ ਦੀ ਕੋਈ ਕਨਵਰਸ਼ਨ ਜਿਹੜੀ ਆ ਮੈਨੂੰ ਉਪਰਲੀ ਦਿਖਾਈ ਨਹੀਂ ਦਿੱਤੀ 550 ਤੋਂ 700 ਅਸੀਂ ਵਲੰਟੀਅਰ ਜਿਹੜੇ ਆ ਸਰੋਣੀ ਕਮੇਟੀ ਦੇ ਸਾਡੇ ਪ੍ਰਧਾਨ ਸਾਹਿਬ ਦੇ ਵੱਲੋਂ ਚੰਗਾ ਪ੍ਰਵਰਲਾ ਕਰਕੇ ਅਸੀਂ ਉਹਨਾਂ ਸਾਰੇ ਬਾਡਰ ਏਰੀਆ ਦੇ ਵਿੱਚ ਜਿੱਥੇ ਸਾਨੂੰ ਲੱਗਦਾ ਕਨਵਰਸ਼ਨ ਹੈ ਉੱਥੇ ਅਸੀਂ ਲੈ ਕੇ ਗਏ ਬਹੁਤ ਸਾਰੇ ਪਰਿਵਾਰ ਜਿਹੜੇ ਜਿਨ੍ਹਾਂ ਨੂੰ ਭੁਲੇਖਾ ਸੀ ਇਸ ਗੱਲ ਦਾ ਕਿਉਂਕਿ ਹੁਣ ਉੱਥੇ ਵੀ ਜਿਹੜਾ ਬੰਦਾ ਉਹਦੇ ਘਾਤਰਾ ਵੀ ਪਾਇਆ ਉਹਨੇ ਪਗ ਵੀ ਬਣੀ ਆ ਉਹ ਇੱਕ ਭੁਲੇਖਾ ਪਾਉਂਦੇ ਨੇ ਹੁਣ ਵੀ ਕੱਲ ਪਰसों ਲਲਕਾਰੇ ਮਾਰ ਰਿਹਾ ਸੀ ਇੱਕ ਪਾਸਟਰ ਕਹਿੰਦਾ ਵੀ ਮੈਂ ਨਹੀਂ ਮੇਰੇ ਨਾਂ ਦੇ ਨਾਲ ਸਿੰਘ ਕਿਦਾਂ ਕਟਾ ਦੂੰਗੀ ਕੀ ਉਹ 크ਿਸਚੀਅਨਟੀ ਹੈ ਉਹ ਸਾਰਾ ਕੁਝ ਇੱਕ ਇੱਕ ਪਿੱਛੇ ਸਾਜ਼ਿਸ਼ ਦੀਨ ਇਹ 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 ਦੇ ਵਿੱਚ ਇੱਕ ਕਾਰਨ ਹੋਰ ਵੀ ਜਮੈਂ ਦੱਸਦਾ ਬਾਹਰ ਉਪਦੇਸ਼ ਚ ਬੈਠੇ ਜਿਹੜੇ ਸਿੱਖ ਆ ਸਾਡੇ ਕਿ ਇਹ ਇੱਕ ਛੜਜੰਤਰ ਦੇਸ਼ ਦੀ ਸੱਤਾ ਵੱਲੋਂ ਇੱਕ ਐਸਾ ਛੜਜੰਤਰ ਹੈ ਕਿ ਸਿੱਖਾਂ ਨੂੰ 크ਿਸਚੀਅਨ ਨਾਲ ਲੜਦਾ ਦਿਖਾਇਆ ਜਾਵੇ ਤਾਂ ਕਿ ਬਾਹਰ ਬੈਠੇ ਸਿੱਖਾਂ ਦੇ ਵਾਸਤੇ ਚਲੋਤੀ ਹੋਵੇ ਹੁਣ ਮੈਨੂੰ ਦੱਸੋ ਕਿ ਪਿਛਲੇ ਸਮੇਂ ਚ ਅੱਗੇ ਪੰਜਾਬੀ ਜਾਂ ਸਿੱਖ ਜੇ ਕੋਈ ਇਲੈਕਸ਼ਨ ਚ ਖੜਦਾ ਸੀ ਤਾਂ ਸਾਰੇ ਉਹਦੀ ਸਪੋਰਟ ਕਰਦੇ ਸੀ ਅੱਜ ਕੀ ਹੋ ਰਿਹਾ ਅੱਜ ਇੱਕ ਪਲੇਟਫਾਰਮ ਬਣਾਇਆ ਗਿਆ ਕਿ ਜਿੱਥੇ ਸਿੱਖ ਜਤਰਿਆ ਉਥੇ ਇੱਕ Hindu ਭਰਾ ਖੜਾਇਆ ਜਾ ਰਿਹਾ ਮੈਂ Hindu ਸਿੱਖਵਾਦ ਵਿੱਚ ਨਹੀਂ ਬਣਾ ਚਾਹੁੰਦਾ ਪਰ ਬਾਹਰ ਤੁਹਾਡੇ ਨਾਲ ਦੇਖੋ ਦੋ ਕਤਲ ਹੋ ਗਏ ਬਾਹਰ ਇਹ 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 ਸਾਰੇ ਦਖਲ ਨੇ ਇੱਥੇ ਸਾਨੂੰ ਟਕਰਾਅ ਪੈਦਾ ਕੀਤਾ ਗਿਆ ਚਰਚ ਵਿੱਚ ਜਾ ਕੇ ਮੂਰਤੀ ਤੋੜ ਦਿੱਤੀ ਗਈ ਸਿੱਖ ਕਦੋਂ ਤੋੜਦਾ ਇਸ ਤਰ੍ਹਾਂ ਦੀ ਸਿੱਖ ਕਿਸੇ ਦੇ ਧਾਰਮਿਕ ਸਥਾਨ ਤੇ ਜਾ ਕੇ ਕੋਈ ਵਗਿਆ ਕਰਦਾ ਤੋੜਫੋੜ ਕਰਦਾ ਨਹੀਂ ਕਰਦਾ ਇਹ ਸਾਰਾ ਕੁਝ ਇੱਕ ਏਜੰਡਾ ਵਾ ਕਿ ਸਿੱਖਾਂ ਨੂੰ ਬਾਹਰ ਜਿਹੜੇ ਜਿਹੜੇ ਮਜ਼ਬੂਤ ਹੋ ਰਹੇ ਨੇ ਉਹਨਾਂ ਨੂੰ ਉੱਥੋਂ ਟਕਰਾਅ ਤੇ ਲੜਾਈ ਫਸਾਦ ਕਰਕੇ ਉਹਨਾਂ ਨੂੰ ਉੱਥੋਂ ਕਮਜ਼ੋਰ ਕੀਤਾ ਜਾਵੇ ਇਹ ਇੱਕ ਵੱਡਾ ਏਜੰਡਾ ਹੈ ਗਰੇਵਾਲ ਸਾਹਿਬ ਤੁਸੀਂ ਜਦੋਂ ਵੀ ਕਿਤੇ ਕੋਈ ਦਿੱਕਤ ਹੁੰਦੀ ਹੈ ਤੁਸੀਂ ਕਹਿੰਦੇ ਆ ਵੀ ਸੱਤਾ ਧਿਰ ਕਰਵਾ ਰਹੀ ਹੈ ਧੰਨ ਲੜਾ ਰਹੀ ਹੈ ਤੁਹਾਡੀ ਪਾਰਟੀ ਚ ਕੋਈ ਰੋਲਾ ਪੈਂਦਾ ਉਹ ਵੀ ਸੱਤਾ ਧਿਰ ਕਰ ਰਹੀ ਹੈ ਇਹਦਾ ਸਰ ਕਿਤੇ ਤੇ ਕਿਤੇ ਕਮਜ਼ੋਰੀ ਹੈ ਨਾ ਸਰ ਜਦੋਂ ਦੀਵਾਰ ਵਿੱਚ ਕੋਈ ਸਰਾਖ ਹੋਵੇ ਸਰ ਉਦੋਂ ਕੀ ਦੇਖਦਾ ਉੱਥੇ ਇਥੇ ਕੋਈ ਸ਼ੱਕ ਨਹੀਂਗਾ ਜੇ ਸੁਰਾਖ ਹੋਇਆ ਤੇ ਇਹ ਜਿਹੜੇ ਸਾਡੇ ਪਾਰਟੀ 'ਚ ਬੈਠੇ ਲੋਕ ਜਿਹੜੇ ਪਹਿਲੀਆਂ ਦੂਜੀਆਂ ਤੀਜੀਆਂ ਪੋਜੀਸ਼ਨਾਂ ਤੇ ਸੀ ਜੇ ਸੁਰਾਖ ਬਣੇ ਜੇ ਬੀਜੇਪੀ ਨਾਲ ਜਾ ਕੇ ਇਹਨਾਂ ਨੇ ਸਾਂਝਾ ਪਾਈਆਂ ਬੀਜੇਪੀ ਦੇ ਨਾਲ ਜਾ ਕੇ ਸੁਖਵੀਰ ਸਿੰਘ ਬਾਦਲ ਪ੍ਰਧਾਨ ਉਸ ਤੋਂ ਪੁੱਛੇ ਤੋਂ ਬਗੈਰ ਤੁਸੀਂ ਜਾ ਕੇ ਕਮਿਟਮੈਂਟਾਂ ਕਰ ਲਏ ਨੇ ਉਹ ਐਲਾਨ ਹੋਏ ਇਥੇ ਰਖੜਾ ਸਾਹਿਬ ਨੇ ਕਿਹਾ ਕਿ ਅਸੀਂ ਤਾਂ ਜੀ ਕਮਿਟਮੈਂਟ ਕਰਿਆ ਬੀਜੇਪੀ ਨਾਲ ਕਿਵੇਂ ਕਿਵੇਂ ਇਹ ਸਾਰੀਆਂ ਗੱਲਾਂ ਹੋਈਆਂ ਤੇ ਸਾਡੇ ਬੰਦਿਆਂ ਦੀਆਂ ਕਮਜ਼ੋਰੀਆਂ ਕਰਕੇ ਹੋਈਆਂ ਕੋਈ ਸ਼ੱਕ ਨਹੀਂ ਤੁਸੀਂ ਸੁਰਾਖ ਦੀ ਗੱਲ ਕਰਦੇ ਮੈਂ ਤਾਂ ਕਾਪੇ ਦੀ ਗੱਲ ਕਰਦਾ ਵੀ ਤੁਸੀਂ ਕਹੋ ਜੀ ਅਸੀਂ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਬੀਜੇਪੀ ਦੀ سپورਟ ਨਾਲ ਲੜਨੀ ਆ ਨਹੀਂ ਤੁਸੀਂ ਤੁਸੀਂ ਸਮਝੋਤਾ ਕਰੋ ਬੀਜੇਪੀ ਨਾਲ ਸੁਖਬੀਰ ਸਿੰਘ ਬਾਦਲ ਕਰਨ ਉਹ ਠੀਕ ਹੈ ਜੋ ਤੁਹਾਡੇ ਪਾਰਟੀ ਦਾ ਕੋਈ ਹੋਰ ਬੰਦਾ ਕਰੇ ਉਹ ਗਲਤ ਹੈ ਸਰ ਜਦੋਂ ਹਾਲਾਤ ਇਸ ਤਰ੍ਹਾਂ ਦੇ ਨੇ ਹੁਣ ਜਿਹੜੀ ਜਿਹੜੀ ਲੜਾਈ ਜੇ ਅਕਾਲੀ ਦਲ ਸਿੱਖ ਪੰਥ ਦੀ ਪੰਥਕ ਮੁੱਦੇ ਦੀ ਪੰਜਾਬੀਆਂ ਦੀ ਕਿਸਾਨਾਂ ਦੀ ਲੜਾਈ ਜੇ ਅਸੀਂ ਨਹੀਂ ਲੜਾਂਗੇ ਤੇ ਹੋਰ ਕੌਣ ਲੜੇਗਾ ਲੜਾਈ ਤਾਂ ਅਸੀਂ ਹੀ ਲੜਨੀ ਆ ਲੋਕ ਸਾ ਤੋਂ ਹੀ ਪੁੱਛਣਗੇ ਅਸੀਂ ਹੀ ਜਵਾਬ ਦੇ ਹੋਣਾ ਚਲੋ ਆਖਰੀ ਸਵਾਲ ਬਤੌਰ ਐਸਜੀਪੀਸੀ ਮੈਂਬਰ ਕਿ ਸੁਖਵੀਰ ਸਿੰਘ ਬਾਦਲ ਨੂੰ ਤੁਸੀਂ ਸਲਾਹ ਦਿੱਤੀ ਹੈ ਉੱਥੇ ਵੀ ਤੁਹਾਨੂੰ ਪ੍ਰਧਾਨਗੀ ਤੋਂ ਲੰਬੇ ਹੋ ਜਾਣਾ ਚਾਹੀਦਾ ਹੈ ਜਾਂ ਹਜੇ ਵਕਤ ਪਾ ਕੇ ਲੰਬੇ ਹੋਣਾ ਚਾਹੀਦਾ ਜਾਂ ਤੁਸੀਂ ਚੋਣਿਓ ਕਿ ਤੁਸੀਂ ਇਹ ਸਲਾਹ ਦੇ ਕੇ ਆਏ ਹੋ ਕਿ ਪ੍ਰਧਾਨਗੀ ਤੇ ਰਹਿਣਾ ਹੀ ਚਾਹੀਦਾ ਉਹਨਾਂ ਨੂੰ ਦੇਖੋ ਗੱਲ ਇਹ ਆ ਕਿ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਉਹਦੀ ਪ੍ਰਧਾਨਗੀ ਆ ਉਹਦੇ ਬਾਰੇ ਹਾਲ ਦੀ ਘੜੀ 'ਚ ਕੋਈ ਰੌਲਾ ਨਹੀਂ ਠੀਕ ਹੈ ਜੀ ਰੌਲਾ ਕੋਈ ਨਹੀਂ ਕੋ ਪਹਿਲਾਂ ਵੀ ਬੇਵਿਸ਼ਵਾਸੀ ਨਹੀਂ ਸੀ ਪਰ ਉਹਦੇ ਬਾਰੇ 'ਚ ਜਿਹੜੇ ਵੀ ਕੋਈ ਗੱਲ ਆਵਾਮ ਦੇ ਬਲਮ ਆ ਰਹੀ ਆ ਉਸ ਲਈ ਪਾਰਟੀ ਦੇ ਅੰਦਰ ਬੈਠ ਕੇ ਇੱਕ ਚੰਗਾ ਮੰਥਨ ਹੋਣਾ ਚਾਹੀਦਾ ਮੈਨੂੰ ਲੱਗਦਾ ਕਿ ਹੁਣ ਜਿਹੜੀ ਅਸੀਂ ਇੱਕ ਰਿਹਰਸਲ ਸੀਗੀ ਜਿਹੜੀ ਜਿਹਦਾ ਕਿ 34 ਸੀਗੀ ਇੱਕ ਕਲੀਅਰ ਕੱਟ ਹੋ ਗਈ ਹੈ ਇਸ ਤੋਂ ਬਾਅਦ ਜਿਹੜੀਆਂ ਮੀਟਿੰਗਾਂ ਹੋਣਗੀਆਂ ਉਹ ਮੀਟਿੰਗਾਂ ਅਕਾਲੀ ਦਲ ਦੀ ਮਜ਼ਬੂਤੀ ਲਈ ਸਵਿਰਤਾ ਨਾਲ ਕਰਨ ਵਾਸਤੇ ਹੋਣਗੀਆਂ ਜਿਦੇ ਵਿੱਚ ਸਾਰੇ ਤਰ੍ਹਾਂ ਦੇ ਵਿਚਾਰ ਹੋਣਗੇ ਬਹੁਤ ਸਾਰੇ ਸਾਰੇ ਤਰ੍ਹਾਂ ਦੇ ਵਿਚਾਰ ਹੋਣਗੇ ਤੇ ਮੈਨੂੰ ਲੱਗਦਾ ਅਕਾਲੀ ਦਲ ਦੀ ਮਜ਼ਬੂਤੀ ਲਈ ਉਹ ਜਿਹੜਾ ਫੈਸਲਾ ਆਏਗਾ ਉਹ ਇੱਕ ਚੰਗਾ ਹੋਏਗਾ ਕਿਉਂਕਿ ਸਾਰੇ ਲੋਕ ਸੱਚੇ ਮਨੋਂ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਲੋਚਦੇ ਆ ਤੋਂ ਮੈਨੂੰ ਨਹੀਂ ਲੱਗਦਾ ਕਿ ਉਹਦੇ ਉਸ ਸ਼ਬਦ ਨੂੰ ਮੈਂ ਇਹ ਵਰਤਾਂ ਕਿ ਪ੍ਰਧਾਨਗੀ ਹਟਾਈ ਜਾਵੇ ਜਾਂ ਸਤਿਵਾਦ ਦਿੱਤਾ ਜਾਵੇ ਰੱਖਿਆ ਜਾਵੇ ਉਹ ਗੱਲਾਂ ਉਸ ਮੰਥਨ ਦੇ ਵਿੱਚੋਂ ਉੱਭਰ ਕੇ ਆਉਣੀਆਂ ਜਿਹਦੇ ਵਿੱਚੋਂ ਇਹ ਦਿਖਾਈ ਦੇਵੇਗਾ ਕਿ ਅਕਾਲੀ ਦਲ ਦੀ ਮਜ਼ਬੂਤੀ ਕਿਸ ਤਰ੍ਹਾਂ ਕੀਤੀ ਜਾਵੇ ਆਵਾਮ ਨੂੰ ਕਿਸ ਤਰ੍ਹਾਂ ਜੋੜਿਆ ਜਾਵੇ ਉਹਨਾਂ ਦਾ ਵਿਸ਼ਵਾਸ ਕਿਦਾਂ ਜਿੱਤਿਆ ਜਾਵੇ ਅਸੀਂ ਪੰਥਕ ਤੌਰ ਤੇ ਕਿੰਨੇ ਕੁ ਮਜ਼ਬੂਤ ਹੋ ਕੇ ਅਸੀਂ ਲੜਾਈ ਲੜੀਏ ਇਹ ਇੱਕ ਬੜੀ ਚੰਗੀ ਗੱਲ ਹੈ ਮੈਨੂੰ ਚੰਗਾ ਲੱਗਦਾ ਜਦੋਂ ਕੋਈ ਵੀ ਸਿੱਖ ਇਸ਼ੂ ਆਉਂਦਾ ਜਿਵੇਂ ਹੁਣ ਕੜੇ ਵਾਲੀ ਗੱਲ ਆ ਗਈ ਸੀ ਉਹ ਬੱਚਿਆਂ ਨੂੰ ਕਕਾਰ ਵਾਲੀ ਗੱਲ ਆ ਸੀ ਸੁਖਵੀਰ ਸਿੰਘ ਬਾਦਲ ਉਹ ਤੇ ਬੋਲ ਰਿਹਾ ਵਾ ਉਹ ਬੋਲਦਾ ਚੰਗਾ ਲੱਗਦਾ ਕਿਉਂਕਿ ਅਕਾਲੀ ਦਲ ਤੋਂ ਹੀ ਇਹ ਚੀਜ਼ਾਂ ਦੀ ਆਸ ਹੈ ਤਾਂ ਇਸ ਕਰਕੇ ਇਹ ਆਉਣ ਵਾਲੇ ਦਿਨਾਂ ਦੇ ਅੰਦਰ ਚੰਗੇ ਫੈਸਲੇ ਹੋਣਗੇ ਜਿਹੜੇ ਕਿ ਅਕਾਲੀ ਦਲ ਨੂੰ ਮਜ਼ਬੂਤੀ ਦੇਣਗੇ ਤੇ ਅਸੀਂ ਆਸ ਕਰਦੇ ਹਾਂ ਮੈਂ ਤੁਹਾਡੇ ਦੁਆਰਾ ਇਸ ਮੰਚ ਤੋਂ ਮੈਂ ਬਾਹਰ ਬੈਠੇ ਸਾਡੇ ਭਰਾਵਾਂ ਨੂੰ ਇੱਕ ਅਪੀਲ ਕਰਦਾ ਕਿ ਸੱਚੇ ਮਨ ਤੋਂ ਪੰਜਾਬ ਨੂੰ ਬਚਾਉਣਾ ਸਿੱਖੀ ਨੂੰ ਬਚਾਉਣਾ ਸਿੱਖੀ ਦੀ ਹੋਂਦ ਨੂੰ ਬਚਾਉਣਾ ਉਹਨੂੰ ਮਜ਼ਬੂਤ ਕਰਨਾ ਪੰਜਾਬ ਦੇ ਅੰਦਰ ਖੇਤਰੀ ਪਾਰਟੀ ਮਜ਼ਬੂਤ ਹੋਏਗੀ ਤਾਂ ਮਜ਼ਬੂਤ ਹੋਏਗਾ ਹਮਲੇ ਬਹੁਤ ਵੱਡੇ ਨੇ ਤੇ ਬੜੇ ਭਾਰੇ ਨੇ ਸਾਰੇ ਇੱਕ ਪਾਸੇ ਦੇ ਕਾਲੀ ਦਲ ਤੇ ਸਿੱਖ ਇੱਕ ਪਾਸੇ ਆ ਇਸ ਸਮੇਂ ਸਾਨੂੰ ਸਹਿਯੋਗ ਦੇਣ ਦੀ ਲੋੜ ਆ ਜਿਵੇਂ ਆ ਸਾਡੇ ਭਰਾ ਜਾ ਕੇ ਨਵੇਂ ਬਵਾਦ ਪੈਦਾ ਕਰਦੇ ਆ ਅਸੀਂ ਤਾਂ ਇਹਨਾਂ ਨੂੰ ਵੀ ਕਹਿੰਨੇ ਆ ਵੀ ਆਓ ਬੈਠੋ ਅੰਦਰ ਬੈਠ ਕੇ ਗੱਲ ਕਰੋ ਪਾਰਟੀ ਨੂੰ ਮਜ਼ਬੂਤ ਕਰੋ ਤੁਹਾਡੇ ਪੱਲੇ ਵੀ ਤਾਂ ਹੀ ਕੁਝ ਪਏਗਾ ਜੇ ਕਾਲੀ ਦਲ ਮਜ਼ਬੂਤ ਹੋਏਗਾ ਚਲੋ ਬਹੁਤ ਧੰਨਵਾਦ ਤੁਹਾਨੂੰ ਸਾਰੇ ਕਰੇਗਾ ਇਸਨ ਕੋਚਾਂnse ਕਰੇ ਬਾਲ ਜਿੰਨਾ ਤੋਂ ਅਸੀਂ ਬਹੁਤ ਸਾਰੇ ਸਵਾਲਾਂ ਦਾ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਹੈ ਜਵਾਬ ਤੁਹਾਨੂੰ ਕਿੰਨੇ ਪਸੰਦ ਆਉਂਦੇ ਆ ਤੁਹਾਡੀ ਕਚੈਰੀ ਚ ਪਏ ਬਹੁਤਾਂ